ਸਤ ਸ੍ਰੀ ਅਕਾਲ ਦੋਸਤੋ ਅੱਜ ਆਪਣਾ ਪੰਜਾਬ ਲੈਕਚਰ ਰਿਕਰਡਰ ਦਾ ਇਹ ਸਿਮਾ ਟੈਸਟ ਆ ਤੇ ਆਪਾਂ 75 ਨੰਬਰਾਂ ਦਾ ਜੋ ਟੈਸਟ ਸੀਰੀਜ਼ ਚਲਾਈ ਹੋਈ ਆ ਇੱਕ ਦਿਨ ਦਾ ਗੈਪ ਪਾ ਕੇ ਆਪਾਂ ਇੱਕ ਵੀਡੀਓ ਅਪਲੋਡ ਕਰਦੇ ਆਂਗੇ ਤੇ 20 ਦਿਨ ਰਹਿੰਦੇ ਆਪਾਂ ਲਾਈਵ ਕਲਾਸ ਦੇ ਵਿੱਚ ਡੇਲੀ ਟੈਸਟ ਸ਼ੁਰੂ ਕਰ ਦਾਂਗੇ ਤੇ ਸੰਡੇ ਨੂੰ ਆਪਣਾ 150 ਨੰਬਰਾਂ ਦਾ ਟੈਸਟ ਹੁੰਦਾਗਾ 150 ਦਾ ਤੇ ਇੱਕ ਗੁਜਾਰਿਸ਼ ਸੀ ਸਾਥੀਓ ਜਿਹੜੇ ਸਾਥੀਆਂ ਨੇ ਸਾਡਾ ਚੈਨਲ ਸੁਖਵੀਰ ਸਿੰਘ ਕੇਐਫ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਬਸਕ੍ਰਾਈਬ ਜਰੂਰ ਕਰੋ ਤੇ ਲਾਈਕ ਬਟਨ ਵੀ ਜਰੂਰ ਦਬਾਇਆ ਕਰੋ ਤੇ ਜ਼ਿਆਦਾ ਟਾਈਮ ਖਰਾਬ ਨਾ ਕਰਦੇ ਹੋਏ ਆਪਾਂ ਪਹਿਲੇ ਸਵਾਲ ਤੇ ਚੱਲਦੇ ਆਂ ਪਹਿਲਾ ਸਵਾਲ ਸਿੰਧੂ ਘਾਟੀ ਸਭਿਅਤਾ ਦੇ ਕਿਸ ਸਥਾਨ ਤੇ ਮਸ਼ਹੂਰ ਵਲਦ ਮੋਹਰ ਮਿਲਿਆ ਇੱਕ ਵਲਦ ਦੀ ਮੋਹਰ ਹੈਗੀ ਉਹ ਕਿੱਥੇ ਮਿਲੀ ਆ ਏ ਹੜੱਪਾ ਵੀ ਮੋਹਨਜੋਦੜੋ ਸੀ ਲੋਥਲ ਡੀ ਚਨਹੋਦੜੋ ਤਾਂ ਇਹ ਕਿੱਥੋਂ ਮਿਲੀ ਆ ਏ ਮਿਲਿਆ ਹੜੱਪਾ ਤੋਂ ਜਿਹੜੇ ਸਾਥਿਓ ਨੇ ਹੜੱਪਾ ਟਿਕ ਕੀਤਾ ਇੱਕ ਨੰਬਰ ਪਲੱਸ ਕਰ ਲੋ ਤੇ ਆਪਣੀਆਂ ਕਾਪੀਆਂ ਦੇ ਵਿੱਚ 1 2 3 4 ਐਸਾ ਹੁਣਾਂ ਸੀਰੀਅਲ ਲਿਖ ਲੋ ਤੇ ਇਹਦੇ ਬਰਾਬਰ ਏ ਬੀ ਸੀ ਐਸਾ ਹੁਣਾਂ ਲਿਖਦੇ ਚੱਲੋ ਤੇ ਐਂਡ ਤੇ ਆਪਣੇ ਨੰਬਰ ਜ਼ਰੂਰ ਲਿਖਣੇ ਨੇ ਐਂਡ ਤੇ ਆਪਣੇ ਨੰਬਰ ਜ਼ਰੂਰ ਲਿਖਿਓ ਦੂਜਾ ਸਵਾਲ ਗਲਤ ਕਥਨ ਚੁਣਨਾ ਗਲਤ ਕਿਹੜਿਆਂ ਦੇ ਚੋਂ ਏ ਲੋਥਨਿਕ ਬੰਦਰਗਾ ਸੀ ਬੀ ਰੰਗਾ ਰਾਥਰਾਓ ਨੇ ਕਈ ਥਾਵਾਂ ਦੀ ਖੋਜ ਕੀਤੀ ਸੀ ਜਜਰਵੇਦ ਜਗਤ ਉਤੇ ਆਧਾਰਤ ਵੀ ਜੱਗਾ ਮਰੇ ਜਾਣਕਾਰੀ ਮਿਲਦੀ ਹੈ ਡੀ ਜਜਰਵੇਦ ਵਿੱਚ ਦਸਰਾਯ ਯੁੱਧ ਦਾ ਵਰਣਨ ਹੈ ਤਾਂ ਸਾਥੀਆਂ ਟਿਕ ਕਰ ਲਿਆ ਹੁਣ ਤਾਂ ਇਹਦਾ ਬਿਲਕੁਲ ਸਹੀ ਹੈਗਾ ਆਪਾਂ ਚੁਣਨਾ ਹੈ ਇਹਦੇ ਵਿੱਚ ਗਲਤ ਗਲਤ ਕਿਹੜਾ ਹੈਗਾ ਡੀ ਅਗਲਾ ਸਵਾਲ ਤੀਜਾ ਕਿਹੜੇ ਵੇਦ ਵਿੱਚ ਜਾਦੂ ਟੂਣੇ ਅਤੇ ਮੰਤਰਾਂ ਦਾ ਜ਼ਿਕਰ ਹੈ ਹੁਣ ਕਿਹੜੇ ਵਿੱਚ ਹੈ ਏ ਰਗਵੇਦ ਬੀ ਸਾਮਵੇਦ ਸੀ ਜਜਰਵੇਦ ਡੀ ਅਥਰਵਵੇਦ ਤਾਂ ਜਾਦੂ ਟੂਣਿਆਂ ਦਾ ਕਿਹੜੇ ਚ ਜ਼ਿਕਰ ਆਥਰਵੇਦ ਦੇ ਵਿੱਚ ਪਹਿਲੇ ਤੈਨੂੰ ਵੇਦ ਤ੍ਰੇਈ ਕਿਹਾ ਜਾਂਦਾ ਹੈ ਵੇਦ ਤ੍ਰੇਈ ਚੌਥਾ ਸਵਾਲ ਗੌਤਮ ਬੁੱਧ ਬਾਰੇ ਕਿਹੜਾ ਕਥਨ ਸਹੀ ਹੈ ਏ ਉਹਨਾਂ ਨੇ ਰੱਬ ਦੀ ਹੋਂਦ ਨੂੰ ਸਵੀਕਾਰ ਕੀਤਾ ਬੀ ਉਸਨੇ ਰੱਬ ਦੀ ਹੋਂਦ ਨੂੰ ਸਵੀਕਾਰ ਨਹੀਂ ਕੀਤਾ ਸੀ ਉਸਨੇ ਨਾ ਤਾਂ ਰੱਬ ਦੀ ਹੋਂਦ ਨੂੰ ਪੂਰੀ ਤਰ੍ਹਾਂ ਸਵੀਕਾਰ ਕੀਤਾ ਤੇ ਨਾ ਹੀ ਇਨਕਾਰ ਕੀਤਾ ਡੀ ਕੋਈ ਨਹੀਂ ਤਾਂ ਆਪਾਂ ਇਸ ਦੇ ਵਿੱਚੋਂ ਕੀ ਚੁਣਨਾਗਾ ਸਹੀ ਚੁਣਨਾਗਾ ਤਾਂ ਇਸ ਦਾ ਬਿਲਕੁਲ ਸਹੀ ਉੱਤਰ ਹੈ ਸੀ ਜਿਹੜੇ ਸਾਥੀਆਂ ਨੇ ਸੀ ਟਿਕ ਕੀਤਾ ਇੱਕ ਨੰਬਰ ਪਲੱਸ ਕਰਦੇ ਚਲੋ ਤੇ ਐਂਡ ਤੇ ਆਪਣੇ ਨੰਬਰ ਲਿਖਨੇ ਨਹੀਂ ਭੁੱਲਣੇ ਪੰਜਵਾਂ ਸਵਾਲ ਅਸ਼ੋਕ ਦੇ ਕਿਹੜੇ ਫਰਮਾਨ ਵਿੱਚ ਪੰਜ ਸਮਕਾਲੀ ਯੂਨਾਨੀ ਰਾਜਾਂ ਦਾ ਜ਼ਿਕਰ ਮਿਲਦਾ ਹੈ ਏ ਮੇਜਰ ਰੌਕ ਐਡਿਕਟ 11ਵੀਂ ਬੀ ਮੇਜਰ ਰੌਕ ਐਡਿਕਟ 12ਵੀਂ ਸੀ ਮੇਜਰ ਰੌਕ ਐਡਿਕਟ 10ਵੀਂ ਡੀ ਮੇਜਰ ਰੌਕ ਐਡਿਕਟ 13ਵੀਂ ਤਾਂ ਇਹਦਾ ਜ਼ਿਕਰ ਮਿਲਦਾਗਾ ਪੰਜਾਂ ਦਾ ਕਰੋਨੋਲੋਜੀਕਲ ਕਰੋਨੋਲੋਜੀਕਲ ਉਹਨਾਂ ਦਾ ਕਾਲਕਰਮ ਵੀ ਪੁੱਛ ਲੰ데요 ਇਹ ਜੁਜੀਸੀ ਨੈਟ 2019 ਦੇ ਵਿੱਚ ਆਇਆ ਹੋਇਆਗਾ ਕਾਲਕਰਮ ਪੁੱਛਿਆ ਤਾਂ ਮੇਜਰ ਰੌਕ ਐਡਿਕਟ 13ਵੀਂ ਜਿਹੜੀ ਇਹਨਾਂ ਚ ਪੰਜ ਆਪਣੇ ਸਮਕਾਲੀ ਜੁਨਾਨੀ ਰਾਜਾਂ ਦਾ ਕਰੋਨੋਲੋਜੀਕਲ ਇਹ ਆਪਣਾ ਉਹਨਾਂ ਵਿੱਚ ਜ਼ਿਕਰ ਕਰਦਾਗਾ ਅਸ਼ੋਕ ਅਗਲਾ ਸਵਾਲ ਸੇਮਾ ਚੰਦਰਗੋਪਤ ਦੂਜੇ ਨੇ ਵਿਕਰਮਦਿੱਤਿਆ ਦਾ ਖਿਤਾਬ ਕਦੋਂ ਧਾਰਿਆ ਸੀ ਏ ਸੱਕਾਂ ਦਾ ਨਾਸ਼ ਕਰਨ ਤੋਂ ਬਾਅਦ ਬੀ ਗੁਪਤਾਂ ਗੱਦੀ ਤੇ ਬੈਠਣ ਤੋਂ ਬਾਅਦ ਸੀ ਚਾਂਦੀ ਦੇ ਸਿੱਕੇ ਜਾਰੀ ਕਰਨ ਤੋਂ ਬਾਅਦ ਡੀ ਉਪਰੋਕਤ ਸਾਰੇ ਤਾਂ ਇਹ ਕਦੋਂ ਧਾਰਨ ਕੀਤਾ ਸੀ ਤਾਂ ਜਦੋਂ ਸਕਾਂ ਦਾ ਨਾਸ ਕਰਤਾ ਸੀ ਚੰਦਰਗਪਤ ਦੂਜੇ ਨੇ ਤਾਂ ਉਹਨੇ ਵਿਕਰਮ ਅਦਿੱਤਿਆ ਦੀ ਉਪਾਦੀ ਧਾਰਨ ਕੀਤੀ ਸੀ ਸੱਤਵਾਂ ਸਵਾਲ Sri Lanka ਦੀ ਕਿਤਾਬ ਮਹਾਵੰਸ਼ ਦੇ ਅਨੁਸਾਰ ਅਸ਼ੋਕ ਨੂੰ ਬੁੱਧ ਧਰਮ ਅਪਣਾਉਣ ਲਈ ਕਿਸ ਨੇ ਪ੍ਰੇਰਿਤ ਕੀਤਾ ਏ ਮੁਗਲਿਪੁੱਤ ਤੇ ਬੀ ਤਿਵਾਰਾ ਨੇ ਡੀ ਕਰੂਵਕੀ ਨੇ ਅਸੀ ਕਰੂਵਕੀ ਨੇ ਡੀ ਨਹੀਂ ਗ੍ਰੋਧ ਨੇ ਤਾਂ ਹੁਣ ਮਹਾਵੰਸ਼ ਤੇ ਦੀਵੰਸ਼ ਦੋ শ্রীলੰਕਾ ਦੇ ਗ੍ਰੰਥ ਨੇ ਤੇ ਇਹਨਾਂ ਦੇ ਅਨੁਸਾਰ ਕੀ ਹੈ ਨੀ ਗ੍ਰੋਧ ਨੇ ਉਹਨੂੰ ਬੁੱਧ ਧਰਮ ਸਵੀਕਾਰ ਕਰਨ ਲਈ ਪ੍ਰੇਰਿਤ ਕੀਤਾ ਸੀਗਾ ਬੁੱਧ ਧਰਮ ਡੀ ਟਿਕ ਕਰਨ ਵਾਲੇ ਸਾਥੀ 1 ਨੰਬਰ ਪਲੱਸ ਕਰੋ ਬੁੱਧ ਧਰਮ ਸਵੀਕਾਰ ਕਰਨ ਲਈ ਨੀ ਗ੍ਰੋਧ ਨੇ ਉਹਨੂੰ ਪ੍ਰੇਰਿਤ ਕੀਤਾ ਸੀ 8ਵਾਂ ਸਵਾਲ ਆਪਣੀ ਦੱਖਣੀ ਮੁਹਿੰਮ ਦੌਰਾਨ ਸਮੁੰਦਰ ਗੁਪਤ ਦਾ ਕਮਾਂਡਰ ਕੌਣ ਸੀ ਸਮੁੰਦਰ ਗੁਪਤ ਦਾ ਕਮਾਂਡਰ ਕਿਹੜਾ ਭੇਜਿਆ ਸੀ ਏ ਵੀਰਸੇਨ ਬੀ ਹਰੀਸੇਨ ਸੀ ਬਾਣਪਟ ਡੀ ਐਨਏ ਵਿੱਚ ਕੋਈ ਨਹੀਂ ਕੌਣ ਸੀਗਾ ਤਾਂ ਇਹ ਫਟਾਫਟ ਇੱਕ ਨੰਬਰ ਪਲੱਸ ਕਰਦੇ ਚਲੋ ਜਿਹੜੇ ਸਾਥੀਆਂ ਨੇ ਏ ਲਾਇਆਗਾ ਅਗਲਾ ਨੌਵਾਂ ਸਵਾਲ ਸਿੰਧ ਮਾਤ੍ਰਿਕਾ ਲਿਪੀ ਸੀ ਇੱਕ ਤਾਂ ਪ੍ਰਾਚਨ ਭਾਰਤ ਵਿੱਚ ਸੰਸਕ੍ਰਿਤ ਦੇ ਕਈ ਰੂਪਾਂ ਵਿੱਚੋਂ ਇੱਕ ਸੀਗੀ ਸਿੰਧ ਸਿੰਧੀ ਮਾਤ੍ਰਿਕਾ ਲਿਪੀ ਤਾਂ ਇਹ ਲਿਪੀ ਬਹੁਤ ਸਾਰੇ ਸੰਸਕ੍ਰਿਤ ਸ਼ਬਦਾਂ ਨੂੰ ਚੀਨ ਤੇ ਜਾਪਾਨ ਵਿੱਚ ਪੇਸ਼ ਕੀਤਾ ਸੀ ਇਹ ਡਿਪੀ ਨੇ ਤਾਂ ਇਹ ਕਿਸ ਦੇ ਦੌਰ ਜਾਂ ਕਿਸ ਦੇ ਸ਼ਾਸਨ ਕਾਲ ਵਿੱਚ ਇਸੇ ਦਾ ਲਿਪੀ ਦਾ ਵਿਕਾਸ ਹੋਇਆਗਾ ਇਤਿਹਾਸਕਾਰਾਂ ਦੁਆਰਾ ਮੰਨਿਆ ਜਾਂਦਾਗਾ ਇਹ ਕਨਿਸ਼ਕ ਬੀ ਹਰਸ਼ ਸੀ ਮੈਂਡਰ ਮਨੈਂਡਰ ਡੀ ਚੰਦਰਗੋਪਤ ਬਿਕਰਮਾਦਿੱਤਿਆ ਤਾਂ ਇਹਦਾ ਬਿਲਕੁਲ ਸਹੀ ਉੱਤਰ ਆ 1 ਨੰਬਰ ਪਲੱਸ ਕਰਦੇ ਚਲੋ ਸਾਥਿਓ ਜਿਹੜੇ ਸਾਥੀਆਂ ਨੇ ਲਾਇਆਗਾ ਹਰਸ਼ ਹਰਸ਼ ਦੇ ਟਾਈਮ ਤੇ ਸਿੰਧ ਮਾਤਰਿਕਾ ਲਿਪੀ ਵਿਕਸਿਤ ਹੁੰਦੀ ਆ ਅਗਲਾ ਸਵਾਲ 10ਵਾਂ ਕੇਸ ਪੁਸਤਕ ਦੇ ਜ਼ਿਕਰ ਦੇ ਆਧਾਰ ਤੇ ਮੰਨਿਆ ਜਾਂਦਾ ਹੈ ਕਿ ਮਹਾਰਿਸ਼ੀ ਵਸ਼ਿਸ਼ਟ ਨੇ ਮਲੇਸ਼ਾਂ ਦੇ ਜ਼ੁਲਮ ਤੋਂ ਦੁਖੀ ਹੋ ਕੇ ਉਹਨਾਂ ਦੇ ਨਾਸ਼ ਲਈ ਮਾਉਂਟ ਆਬੂ ਤੇ ਜੱਗ ਕੀਤਾ ਸੀ ਅਤੇ ਚਾਰ ਰਾਜਪੂਤ ਕਬੀਲੇ ਪਰਮਾਰ ਚੌਲਕਿਆ ਚੌਲੰਕਿਆ ਸੋਲੰਕੀ ਪ੍ਰਤੀਹਾਰ ਚੋਹਾਨ ਦਾ ਜਨਮ ਇਸ ਜੱਗ ਦੇ ਵਿੱਚੋਂ ਹੋਇਆ ਸੀ ਇਹ ਕਿਹੜੇ ਗ੍ਰੰਥ ਦੇ ਵਿੱਚ ਮਿਲਦਾਗਾ ਇਹ ਮਨੁਸਮਿਰਤੀ ਵੀਰਮਾਣ ਸੀ ਪ੍ਰithvi ਰਾਜ ਰਸੋ ਡੀ ਰਾਜਤਰੰਗਣੀ ਤਾਂ ਇਹ ਜ਼ਿਕਰ ਮਿਲਦਾ ਸਾਥੀਓ ਨੇ ਟਿਕ ਕਰ ਹੀ ਲੈਣਾ ਫ੍ਰੀ ਦਾ ਨੰਬਰ 1 ਪਲੱਸ ਕਰਦੇ ਰਹੋ ਤੇ ਪ੍ਰithvi ਰਾਜ ਰਸੋ ਕਮੈਂਟ ਬਾਕਸ ਚ ਜ਼ਰੂਰ ਲਿਖਿਓ ਕਿ ਪਥਵੀ ਰਾਜ ਰਾਸੋ ਕਿਸ ਨੇ ਲਿਖੀ ਸੀ ਤੇ ਕਦੋਂ ਲਿਖੀ ਗਈ ਹੈ ਇਹ 11ਵਾਂ ਸਵਾਲ ਸਲਤਨਤ ਕਾਲ ਅਤੇ ਮੁਗਲ ਕਾਲ ਦੌਰਾਨ ਬੀਜ ਕਾਸਤ ਆਦਿ ਲਈ ਦਿੱਤੇ ਗਏ ਕਰਜ਼ੇ ਨੂੰ ਕੀ ਕਿਹਾ ਜਾਂਦਾ ਸੀ ਹੁਣ ਕਰਜ਼ਾ ਦੇ ਦੇਣਾ ਕਿਹਨੇ ਸਟਾਰਟ ਕੀਤਾ ਸੀ ਇਹ ਵੀ ਕਮੈਂਟ ਬਾਕਸ ਚ ਲਿਖਣਾ ਤੇ ਇਹਨੂੰ ਕਿਹਾ ਕੀ ਜਾਂਦਾ ਸੀਗਾ ਏ ਤਕਾਵੀ ਬੀ ਖਮਸ ਸੀਖ ਰਾਜ ਡੀ ਜ਼ਕਾਤ ਤਾਂ ਇਹਨੂੰ ਕਿਹਾ ਜਾਂਦਾ ਸੀ 1 ਨੰਬਰ ਪਲੱਸ ਕਰ ਲਓ ਜਿਹੜੇ ਸਾਥਿਆਂ ਤੇ ਤਕਾਵੀ ਲਾਇਆ ਤਕਾਵੀ ਇੱਕ ਲੋਨ ਹੁੰਦਾ ਸੀ ਅਗਲਾ ਸਵਾਲ 12ਵਾਂ ਸੁਲਤਾਨ ਜਿਸ ਨੇ ਆਪਣੇ ਆਪ ਨੂੰ ਦੂਜਾ ਸਿਕੰਦਰ ਸਿਕੰਦਰੇ ਸਾਨੀ ਦੀ ਉਪਾਦੀ ਧਾਰਨ ਕੀਤੀ ਸੀ ਜਾਂ ਕਿਹਾ ਸੀ A ਸਿਕੰਦਰ ਲੋਧੀ B ਬਲਬਨ ਸੀ ਅਲਾਉਦੀਨ ਖਿਲਜੀ D ਮੁਹੰਮਦ ਬਨ ਟੋਗਲਕ ਇਸ ਦਾ ਸਹੀ ਉੱਤਰ ਹੈਗਾ ਬਹੁਤ ਸੌਖਾ ਅਲਾਉਦੀਨ ਖਿਲਜੀ ਅਗਲਾ ਸਵਾਲ 13ਵਾਂ 2 ਸਾਲਾਂ ਬਾਅਦ ਮੁਹੰਮਦ ਬਨ ਟੋਗਲਕ ਨੇ ਹੇਠ ਲਿਖੇ ਕਾਰਨਾਂ ਵਿੱਚੋਂ ਕਿਸ ਕਾਰਨ ਰਾਜਧਾਨੀ ਨੂੰ ਵਾਪਸ ਦਿੱਲੀ ਤਬਦੀਲ ਕੀਤਾ ਸੀ A ਸਥਾਨਕ ਸ਼ਾਸਕਾਂ ਦਾ ਹਮਲਾ ਹੋ ਗਿਆ ਸੀ ਉੱਥੇ B ਪਾਣੀ ਦੀ ਸਪਲਾਈ ਦੀ ਘਾਟ ਹੋ ਗਈ ਸੀ ਤਾਂ ਇਹਦੇ ਚੋਂ ਆਪਾਂ ਵਿਕਲਪ ਚੁਣਨੇ ਆ ਕਿਹੜੇ ਸਹੀ ਆ ਏ ਕੇਵਲ ਇੱਕ ਬੀ ਸਿਰਫ ਦੋ ਸੀ ਇੱਕ ਤੇ ਦੋ ਦੋਵੇਂ ਡੀ ਦੋਮੋਂ ਵਿੱਚ ਕੋਈ ਨਹੀਂ ਤਾਂ ਇਹਦਾ ਬਿਲਕੁਲ ਸਹੀ ਆ ਦੋਨੇ ਸਹੀ ਆ ਸਥਾਨਕ ਹਾਂ ਸ਼ਾਸਕਾਂ ਨੇ ਹਮਲਾ ਵੀ ਕਰਤਾ ਸੀ ਪਾਣੀ ਦੀ ਸਪਲਾਈ ਦੀ ਘਾਟ ਵੀ ਹੋ ਗਈ ਸੀ ਤਾਂ ਸੀ ਉੱਤਰ ਸਹੀ ਹੋ ਜਾਂਦਾ ਅਗਲਾ ਸਵਾਲ 14ਵਾਂ ਕ੍ਰਿਸ਼ਨਦੇਵ ਰਾਏ ਨੇ ਹੇਠ ਲਿਖੇ ਵਿੱਚੋਂ ਕਿਸ ਸਾਲ ਵਿੱਚ ਰਾਜ ਕੀਤਾ ਵੀ ਉਹਨੇ ਰਾਜਕਾਲ ਕਿਹੜਾ ਸੀਗਾ ਏ 1502 ਤੋਂ 19 B 1505 ਤੋਂ 21 C 1507 ਤੋਂ 25 D 1509 ਤੋਂ 29 ਆਪਸ਼ਨਾਂ ਪੜਦੇ ਬਰਦੇ ਸਾਥੀਓ ਟਿਕ ਕਰ ਲਿਆ ਕਰੋ ਤੇ ਮੈਂ ਥੋੜਾ ਟਾਈਮ ਹੀ ਲਾਉਣਾਗਾ ਤੇ ਟਾਈਮ ਘੱਟ ਲੱਗਣ ਲੱਗੇ ਤਾਂ ਇਸ ਕਰਕੇ ਮੈਂ ਫਟਾਫਟ ਉਹਦਾ ਉੱਤਰ ਵੀ ਦੇ ਜਾਂਗਾ ਇੱਕ ਨੰਬਰ ਪਲੱਸ ਕਰ ਲਿਆ ਕਰੋ ਜਿਹੜੇ ਸਾਥੀਆਂ ਨੇ 1509 ਤੋਂ 29 ਲਾਇਆ 30 ਦੇ ਵਿੱਚ ਬਾਬਰ ਮਰਦਾਗਾ ਤੇ ਇੱਕ ਸਾਲ ਪਹਿਲਾਂ ਇਹ ਪ੍ਰੇਸ਼ਨ ਦੇਵਰਾਏ ਦੀ ਡੈਥ ਹੋ ਜਾਂਦੀ ਆ ਤੇ ਬਾਬਰ ਉਸ ਦੇ ਬਾਰੇ ਕਾਫੀ ਲਿਖਦਾਗਾ 15ਵਾਂ ਸਵਾਲ ਨਿਮਨਲਿਖਤ ਵਿੱਚੋਂ ਕਿਸ ਨੇ ਵਿਜੇਨਗਰ ਪ੍ਰਸ਼ਾਸਨ ਵਿੱਚ ਛੋਟੇ ਸਰਦਾਰਾਂ ਦੀ ਇੱਕ ਨਵੀਂ ਸ਼੍ਰੇਣੀ ਬਣਾਈ ਸੀ ਜਿਸ ਨੂੰ ਪੋਲੀ ਕਰਕੇ ਕਿਹਾ ਜਾਂਦਾ ਸੀ ਪ੍ਰਸ਼ਾਸਨ ਦੇ ਵਿੱਚੋਂ ਸਵਾਲ ਆ ਸਕਦਾ ਏ ਦੇਵਰਾਏ ਬੀ ਕ੍ਰਿਸ਼ਨ ਦੇਵਰਾਇਆ ਸੀ ਅਚੂਤ ਦੇਵਰਾਏ ਡੀ ਸਦਾ ਸਿਵਰਾਏ ਹੁਣ ਕੀ ਨੇ ਪੋਲੀ ਕਰਕੇ ਕਿਹਾ ਜਾਂਦਾ ਸੀ ਇਹ ਸ਼੍ਰੇਣੀ ਇੱਕ ਨਵੀਂ ਸ਼੍ਰੇਣੀ ਬਣਾਈ ਸੀ ਛੋਟੇ ਸਰਦਾਰਾਂ ਦੀ ਇਹ ਬਣਾਈ ਸੀ ਕ੍ਰਿਸ਼ਨ ਦੇਵ ਰਾਏ ਨੇ 1 ਨੰਬਰ ਪਲੱਸ ਕਰੋ ਕ੍ਰਿਸ਼ਨ ਦੇਵ ਰਾਏ ਲਾਉਣ ਵਾਲੇ ਅਗਲਾ ਸਵਾਲ 16ਵਾਂ ਵੀਜੇਨਗਰ ਸਾਮਰਾਜ ਦੇ ਸ਼ਾਸਨ ਦੌਰਾਨ ਮੰਡਲਮ ਦੇ ਗਵਰਨਰ ਨੂੰ ਕੀ ਕਿਹਾ ਜਾਂਦਾ ਸੀ ਇਹ ਨਾਇਕ ਵੀ ਰਾਜਾ ਸੀ ਅਮਰਮ ਡੀ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਮੰਡਲਮ ਦੇ ਜਿਹੜਾ ਗਵਰਨਰ ਸੀ ਉਹਨੂੰ ਕੀ ਕਿਹਾ ਜਾਂਦਾ ਸੀ ਉਹਨੂੰ ਕਿਹਾ ਜਾਂਦਾ ਸੀ 1 ਨੰਬਰ ਪਲੱਸ ਕਰੋ ਜਿਹੜੇ ਸਾਥੀਆਂ ਨੇ ਲਾਇਆ ਨਾਇਕ ਮੈਂ ਕਿਹਾ ਸੀ ਨਾਇਕ ਆਪਾਂ ਡਿਸਕਸ ਕਰਾਂਗੇ ਅੱਜ ਸ਼ਾਮ ਤੱਕ ਆਪਾਂ ਸਿੰਗਲ ਲਾਈਨ ਕੁਐਸਚਨ ਦੀ ਇੱਕ ਵੀਡੀਓ ਬਣਾ ਕੇ ਪਾਵਾਂਗੇ ਵਿਜੇਨਗਰ ਸਾਮਰਾਜ ਦੇ ਪ੍ਰਸ਼ਾਸਨ ਤੇ ਨੈਕਸਟ ਸਵਾਲ 17ਵਾਂ ਕਿਹੜਾ ਮੇਲ ਨਹੀਂ ਸਹੀ ਨਹੀਂਗਾ ਵੀ ਕਿਹੜਾ ਨਹੀਂ ਮਿਲਦਾ ਏ ਅਲੀ ਗੁਰਸਾਫ ਅਲਾਉਦੀਨ ਖਿਲਜੀ ਤੇ ਬੀ ਨੂਰਉਦੀਨ ਜਹਾਂਗੀਰ ਸੀ ਬਾਸਾ ਗਾਜੀ ਔਰੰਗਜੀਵ ਡੀ ਸਾਰੇ ਸੱਚ ਹੁਣ ਕਿਹੜਾ ਬੰਦਾ ਕਿਹਦੇ ਟਾਈਮ ਚ ਆ ਤੇ ਇਹ ਆਪਾਂ ਦੱਸਣਾਗਾ ਤੇ ਇਹਦਾ ਸਹੀ ਨਹੀਂ ਹੈ ਆ ਚੀਜ਼ ਨੋਟ ਰੱਖਿਆ ਕਰੋ ਨਹੀਂ ਪੁੱਛੇਗਾ ਤਾਂ ਇਹਦੇ ਵਿੱਚ ਬਾਸਾ ਗਾਜੀ ਔਰੰਗਜੀਵ ਜੇਬ ਦੇ ਟਾਈਮ ਤੇ ਨਹੀਂ ਸੀਗਾ ਅਗਲਾ ਸਵਾਲ 18ਵਾਂ ਸੇਰ ਸਾ ਸੁਰੀ ਦਾ ਸਲਤਨਤ ਕਿੰਨੀਆਂ ਸਰਕਾਰਾਂ ਵਿੱਚ ਵੰਡਿਆ ਹੋਇਆ ਸੀ ਰੰਗ ਇਹਦੇ ਵਿੱਚ ਅਕਬਰ ਦਾ ਵੀ ਪੁੱਛਿਆ ਜਾ ਸਕਦਾ ਅਕਬਰ ਦਾ ਤੁਸੀਂ ਕਮੈਂਟ ਬਾਕਸ ਚ ਦੱਸਣਾ ਤਾਂ ਹੁਣ ਤੁਸੀਂ ਸ਼ੇਰ ਸ਼ਸੁਰੀ ਦਾ ਦੱਸੋ ਏ 47 ਬੀ 45 ਸੀ 47 ਡੀ 52 ਤਾਂ ਇਹਦਾ ਬਿਲਕੁਲ ਸਹੀ ਉੱਤਰ ਹੈਗਾ ਸੀ ਸੀ ਟਿਕ ਕਰਨ ਵਾਲੇ ਸਾਥੀ ਇੱਕ ਪਲੱਸ ਕਰੋ ਅਗਲਾ ਸਵਾਲ 19ਵਾਂ ਪਾਣੀਪਤ ਦੀ ਤੀਜੀ ਲੜਾਈ ਵਿੱਚ ਮਰਾਠਿਆਂ ਦੀ ਹਾਰ ਦੇ ਕਾਰਨ ਹੇਠ ਲਿਖਿਆਂ ਵਿੱਚੋਂ ਕੀ ਸਨ ਏ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਮਰਾਠਿਆਂ ਨਾਲੋਂ ਜ਼ਿਆਦਾ ਕੁਸ਼ਲ ਸੀ। ਅ ਦੂਜਾ ਲੜਾਈ ਤੋਂ ਠੀਕ ਪਹਿਲਾਂ ਮਰਾਠਿਆਂ ਨੂੰ ਸਖਤ ਭੁੱਖ ਮਰਜ਼ਾ ਸਾਹਮਣਾ ਕਰਨਾ ਪਿਆ। ਤੀਜਾ ਸਦਾ ਸਿਵਰਾਓ ਦੀ ਅਗਵਾਈ ਅਬਦਾਲੀਆਂ ਨਾਲੋਂ ਘਟਿਆ ਸੀ। ਚੌਥਾ ਅਬਦਾਲੀ ਦੀ ਫੌਜ ਮਰਾਠਿਆਂ ਨਾਲੋਂ ਬਿਹਤਰ ਹਥਿਆਰਬੰਦ ਸੀ। ਧਿਆਨ ਨਾਲ ਪੜ੍ਹ ਲਓ ਤੇ ਇਹਨਾਂ ਚਾਰਾਂ 'ਚੋਂ ਦੱਸਣਾਗਾ ਸਹੀ ਕਿਹੜਾ ਹੈਗਾ? ਚਾਰਾਂ ਦੇ ਵਿੱਚੋਂ ਇੱਥੇ ਵਿਕਲਪ ਦਿੱਤੇ ਆ ਕੇਵਲ ਪਹਿਲਾ ਸਹੀ ਆ, ਪੀ ਕੇਵਲ ਪਹਿਲਾ ਦੂਜਾ ਸਹੀ ਆ, ਸੀ ਪਹਿਲਾ ਤੀਜਾ ਚੌਥਾ ਸਹੀ ਹੈ ਡੀ ਪਹਿਲਾ ਦੂਜਾ ਤੀਜਾ ਚੌਥਾ ਚਾਰੇ ਸਹੀ ਹੈ ਤਾਂ ਇਹਦੇ ਵਿੱਚੋਂ ਚਾਰਾਂ ਚ ਦੱਸੋ ਤੁਸੀਂ ਅ ਤਾਂ ਸਾਥਿਓ ਇਹ ਚਾਰੀ ਸਹੀ ਨੇ ਚਾਰੀ ਸਹੀ ਹੈ ਚਾਰਾਂ ਜਿਨ੍ਹਾਂ ਨੇ ਚਾਰੀ ਜਿਨ੍ਹਾਂ ਨੇ ਟਿਕਾ ਕੀਤਾ ਇੱਕ ਨੰਬਰ ਪਲੱਸ ਕਰੋ ਮੈਂ ਥੋੜਾ ਜਿਹਾ ਟਾਈਮ ਦੇਣਾ ਚਾਹੁੰਦਾ ਸੀ ਮੈਨੂੰ ਫੇਰ ਵੀ ਤੁਸੀਂ ਧਿਆਨ ਨਾਲ ਇੱਕ ਵਾਰੀ ਹੋਰ ਪੜ੍ਹ ਲਓ ਤੇ ਸਕਰੀਨ ਸ਼ਾਟ ਲੈ ਲਓ ਇਸ ਦਾ ਅਗਲਾ ਭਿੰਮਾ ਸਵਾਲ ਈਸਟ ਇੰਡੀਆ ਕੰਪਨੀ ਵਿੱਚ ਬੋਰਡ ਆਫ ਕੰਟਰੋਲ ਦੇ ਸੰਦਰਭ ਵਿੱਚ ਹਿੱਟ ਦਿੱਤੇ ਹਵਚੋਂ ਕਿਹੜਾ ਬਿਆਨ ਜਾਂ ਬਿਆਨ ਤੇ ਚਰਚਾ ਕਰੋ ਇਹ ਪਿਟਸ ਇੰਡੀਆ ਐਕਟ 1784 ਵਿੱਚ ਬਣਾਇਆ ਗਿਆ ਸੀਗਾ ਬਣਾਇਆ ਗਿਆ ਸੀ ਠੀਕ ਹੈ ਬਣਾਈ ਗਈ ਨਹੀਂ ਬਣਾਇਆ ਗਿਆ ਸੀ ਬਣਾਇਆ ਗਿਆ ਸੀ ਠੀਕ ਹੈ ਇਹ ਦੂਜਾ ਇਹ ਕੰਪਨੀ ਦੇ ਵਪਾਰਕ ਮਾਮਲਿਆਂ ਨੂੰ ਨਿਯੰਤਰਿਤ ਕਰਦਾ ਸੀ ਤੀਜਾ ਇਸ ਨੂੰ ਭਾਰਤ ਸਰਕਾਰ ਐਕਟ 1858 ਦੁਆਰਾ ਖਤਮ ਕਰ ਦਿੱਤਾ ਸੀ ਸਪੈਸ਼ਲ ਪੁੱਛਿਆ ਬੋਰਡ ਆਫ ਕੰਟਰੋਲ ਬਾਰੇ ਕਿਹਦੇ ਬਾਰੇ ਬੋਰਡ ਆਫ ਕੰਟਰੋਲ ਬਾਰੇ ਬੋਰਡ ਆਫ ਕੰਟਰੋਲ ਬਾਰੇ ਤੇ ਇਹਦਾ ਆਪਾਂ ਹੁਣ ਸਹੀ ਦੱਸਣਾ ਹੈ ਨਾ ਜੋ ਕਿਹੜਾ ਹੈਗਾ A ਪਹਿਲਾ ਸਹੀ ਆ B ਦੋਨੇ ਪਹਿਲਾ ਦੂਜਾ ਦੋਨੇ ਸਹੀ ਆ C ਪਹਿਲਾ ਤੀਜਾ ਸਹੀ ਆ D ਪਹਿਲਾ ਦੂਜਾ ਤੀਜਾ ਸਹੀ ਆ ਹੁਣ ਇਹਦੇ ਵਿੱਚ ਤੁਸੀਂ ਟਿਕ ਕਰਨਾਗਾ ਵੀ ਕਿਹੜਾ ਸਹੀ ਆ ਇਹਨਾਂ ਚੋਂ ਦੇਖ ਲਓ ਇੱਕ ਵਾਰੀ ਚਾਨਣਾ ਹੋੜੀ ਹੋੜੀ ਟਾਈਮ ਦੇ ਦਣਾ ਮੈਂ ਪਹਿਲਾ ਦੂਜਾ ਤੀਜਾ ਕਿਹੜਾ ਸਹੀ ਆ ਇਹਨਾਂ ਚੋਂ ਤੇ ਇੱਕ ਤਾਂ ਜਾਂ ਤੁਸੀਂ ਗਲਤ ਹੋਣ ਸਕਦੇ ਹੋ ਤੇ ਆਪਣੇ ਦਿਮਾਗ ਦੇ ਵਿੱਚ ਨੋਟ ਕਰਦੇ ਚੱਲੋ ਤੇ ਇੱਕ ਸਕਰੀਨਸ਼ਾਟ ਲੈ ਲਿਆ ਕਰੋ ਇਹੇ ਕੁਐਸਚਨਾਂ ਦਾ ਜੋ ਤੁਹਾਨੂੰ ਨਹੀਂ ਆਉਂਦੇ ਤੇ ਪੀਡੀਐਫ ਆਪਾਂ ਨਹੀਂ ਬਣਾ ਸਕਦੇ ਨਾ ਆਪਾਂ ਪੀਡੀਐਫ ਸ਼ੇਅਰ ਕਰ ਸਕਦੇ ਹਾਂ ਕਿਉਂਕਿ ਇਹ ਗੂਗਲ ਡਾਕ ਦੇ ਵਿੱਚ ਸਵਾਲ ਟਾਈਪ ਕੀਤੇ ਜਾਂਦੇ ਆ ਤੇ ਉਸ ਦਾ ਪੀਡੀਐਫ ਬਣਾਉਣ ਲਈ ਤਾਂ ਉਹਦੇ ਚ ਫੰਕਸ਼ਨ ਜਾਂ ਕੁਝ ਹੈ ਨਹੀਂਗਾ ਮੋਬਾਈਲ ਤੇ ਮੈਂ ਮੋਬਾਈਲ ਤੇ ਟਾਈਪ ਕਰਦਾ ਇਹ ਤੇ ਲੈਪਟਾਪ ਤੇ ਨੈਟ ਅਟੈਚ ਨਹੀਂ ਹੁੰਦਾ ਉਹ ਥੋੜਾ ਲੈਪਟਾਪ ਖਰਾਬ ਹੋਇਆ ਪਿਆ ਜਦੋਂ ਉਹ ਠੀਕ ਹੋ ਗਿਆ ਉਹਦੇ ਆਪਾਂ ਪੀਡੀਐਫ ਬਣਾ ਕੇ ਸ਼ੇਅਰ ਵੀ ਕਰ ਦਵਾਂਗੇ ਤਾਂ ਸਾਥੇ ਤੁਸੀਂ ਟਿਕ ਕਰ ਲਿਆ ਹੋਣਾ ਤਾਂ ਇਹਦਾ ਜਿਹੜਾ ਦੂਜਾ ਜਿਹੜਾ ਬੋਰਡ ਆਫ ਕੰਟਰੋਲ ਦਾ ਨਾ ਵਪਾਰਕ ਮਾਮਲੇ ਨਾਲ ਕੋਈ ਸਬੰਧ ਨਹੀਂ ਸੀ 1784 ਦਾ ਇੱਕ ਐਕਟ ਜਿਹਦੇ ਤੇ 1852 ਜਿਹਨੂੰ ਖਤਮ ਕਰਤਾ ਸੀਗਾ ਪਹਿਲਾ ਤੀਜਾ ਇੱਥੇ ਸਹੀ ਹੋ ਜਾਂਦਾ ਸੀ ਸਹੀ ਹੈਗਾ ਠੀਕ ਹੈ ਅਗਲਾ ਸਵਾਲ 21ਵਾਂ ਭਾਰਤ ਦੇ ਕਿਸ ਰਾਜ ਵਿੱਚ ਯਹੂਦੀਆਂ ਦੀਆਂ ਸਭ ਤੋਂ ਪੁਰਾਣੀਆਂ ਬਸਤੀਆਂ ਸਨ ਹੁਣ ਸਭ ਤੋਂ ਪੁਰਾਣੀਆਂ ਯਹੂਦੀਆਂ ਦੀਆਂ ਬਸਤੀਆਂ ਕਿੱਥੇ ਸੀ ਏ ਕੇਰਲ ਬੀ ਤਾਮਿਲਨਾਡੂ ਸੀ ਪੰਜਾਬ ਤੇ ਡੀ ਹਰਿਆਣਾ ਤਾਂ ਜਹੂਦਿਆਂ ਦੀਆਂ ਵਸਤੀਆਂ ਇਹ ਸੀਗੀਆਂ ਕੇਰਲ ਸਾਥਿਓ ਕੇਰਲ ਟਿਕ ਕਰਨ ਨਾਲ ਇੱਕ ਨੰਬਰ ਪਲੱਸ ਕਰ ਲਓ ਮਾਡਰਨ ਇੰਡੀਆ ਦਾ ਸਵਾਲ ਆਇਆ ਇਹ ਤੇ 22 ਮਾਂ ਡਰੰਡ ਰੇਖਾ ਦੀ ਹੱਦ ਮੰਦੀ ਦੇ ਸਮੇਂ ਅਫਗਾਨਿਸਤਾਨ ਦਾ ਅਮੀਰ ਮਤਲਬ ਸ਼ਾਸਕ ਕੌਣ ਸੀ ਏ ਦੋਸਤ ਮੁਹੰਮਦ ਬੀ ਅਕਬਰ ਖਾਨ ਸੀ ਅਬਦੁਲ ਰਹਿਮਾਨ ਡੀ ਹਬੀਬullah ਤਾਂ ਅਫਗਾਨਿਸਤਾਨ ਦਾ ਬੰਦਾ ਦੱਸਣਾ ਕਿਹੜਾ ਸੀਗਾ ਤਾਂ ਇਹਦਾ ਸੀਗਾ ਇੱਕ ਨੰਬਰ ਪਲੱਸ ਕਰੋ ਜਿਹੜੇ ਸਾਥਿਓ ਨੇ ਅਬਦੁਲ ਰਹਿਮਾਨ ਲਾਇਆ ਅਗਲਾ ਸਵਾਲ ਆਪਣਾ 23ਵਾਂ ਬੰਗਾਲ ਵਿੱਚ ਮੁਸਲਿਮ ਪੁਨਰ ਜਾਗਰਨ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਬੰਗਾਲ ਵਿੱਚ ਸਪੈਸ਼ਲੀ ਬੰਗਾਲ ਚ ਪੁੱਛਿਆ ਇਹ ਸੈਇਦ ਅਹਿਮਦ ਖਾਨ ਬੀ ਅਮੀਰ ਅਲੀ ਸੀ ਨਵਾਬ ਅਬਦੁੱਲ ਲਤੀਫ ਖਾਨ ਡੀ ਨਵਾਬ ਸਲੀਮੁਲਲਾ ਖਾਨ ਦਾ ਪੁਨਰ ਜਾਗਰਨ ਦਾ ਪਿਤਾਮਾ ਕਿਸ ਨੂੰ ਮੰਨਿਆ ਜਾਂਦਾ ਬੰਗਾਲ ਦੇ ਵਿੱਚ ਬੰਗਾਲ ਤੈਨ ਮਨੇ ਅੰਦਰ ਸਾਥਿਓ 1 ਨੰਬਰ ਪਲੱਸ ਕਰੋ ਨਹੀਂ 1 ਨੰਬਰ ਮਾਈਨਸ ਕਰ ਲਓ ਜਿਹੜੇ ਸਾਥਿਓ ਨੂੰ ਨਹੀਂ ਪਤਾ ਕਿਉਂਕਿ ਇਹ ਥੋੜਾ ਜਿਹਾ ਡਿਫਿਕਲਟ ਹੋ ਸਕਦਾ ਸਵਾਲ ਕਈ ਸਾਥਿਆਂ ਲਈ ਤਾਂ ਇਹ ਨਵਾਬ ਅਬਦੁੱਲ ਲਤੀਫਾ ਜਿਹਨੂੰ ਮੁਸਲਮ ਮੁਸਲਮ ਪੁਨਰ ਜਾਗਰਣ ਦਾ ਪਤਾਮਾ ਬੰਗਾਲ ਦੇ ਵਿੱਚ ਕਿਹਾ ਜਾਂਦਾ ਅਗਲਾ ਸਵਾਲ 24ਵਾਂ ਹੇੜ ਲੇ ਕੇ ਵਿੱਚੋਂ ਅਲੀ ਵਰਦੀ ਖਾਨ ਦਾ ਉੱਤਰਾਧਿਕਾਰੀ ਕੌਣ ਸੀ ਅਲੀ ਵਰਦੀ ਖਾਨ ਦਾ ਇਹ ਮੁਰਸ਼ਿਦ ਕੁਲੀ ਖਾਨ ਬੀ ਸਵਾਦਤ ਖਾਨ ਸੀ ਅਸਰਉਦਦੋਲਾ ਡੀ ਸਰਾਜੂਦੋਲਾ ਤਈ ਬਹੁਤ ਜਿਆਦਾ ਸੌਖਾ ਸਵਾਲ ਸੀ ਆਪਾਂ 1757 ਦੇ ਵਿੱਚੋਂ ਲੈ ਲਿਆ ਹੈ ਪਲਾਸੀ ਦੀ ਲੜਾਈ ਚੋਂ ਇਸ ਰਾਜੇ ਤੋਂ ਲਾਗਾ ਅਗਲਾ ਸਵਾਲ ਹੈਗਾ 25ਵਾਂ ਲਾਰਡ ਹੈਲੋਜੀ ਦੇ ਲੈਪਸ ਦੇ સિਧਾਂਤ ਬਾਰੇ ਹੇ ਲਿਖਿਆਂ ਵਿੱਚੋਂ ਕਿਹੜਾ ਸਹੀ ਹੈ ਸਹੀ ਦੱਸਣਾਗਾ ਆਪਾਂ ਚਾਰ ਆਪਸ਼ਨਾਂ ਨੇ ਏ ਜੇਕਰ ਮ੍ਰਿਤਕ ਸ਼ਾਸਕ ਦਾ ਕੋਈ ਪੁੱਤਰ ਨਹੀਂ ਹੈ ਤਾਂ ਇੱਕ ਰਾਜ ਅੰਗਰੇਜ਼ਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ ਜੇ ਕੋਈ ਪੁੱਤਰ ਨਹੀਂ ਅੰਗਰੇਜ਼ ਆਪਣੇ ਅੰਦਰ ਲੈ ਲੈਣਗੇ ਦੂਜਾ ਗੋਦਲੇ ਬੱਚੇ ਨੂੰ ਵਾਰਿਸ ਨਹੀਂ ਐਲਾਨਾ ਜਾਣਾ ਚਾਹੀਦਾ ਤੀਜਾ ਗੋਦ ਲਏ ਬੱਚੇ ਨੂੰ ਹਾਕਮ ਦੀ ਜਾਇਦਾਦ ਤੇ ਅਧਿਕਾਰ ਮਿਲ ਸਕਦਾ ਗੋਦ ਲਏ ਬੱਚੇ ਦੀ ਨੂੰ ਹਾਕਮ ਦੀ ਜਾਇਦਾਦ ਤੇ ਅਧਿਕਾਰ ਮਿਲ ਸਕਦੇ ਸਨ ਚੌਥਾ ਸਤਾਰਾ ਨੀਤੀ ਵਿੱਚ ਦਾਖਲ ਹੋਣ ਵਾਲਾ ਪਹਿਲਾ ਰਾਜਸੀ ਤਾਂ ਇਹ ਸਹੀ ਚੁਣਿਆ ਸਾਥੀਓ ਮੇਰੇ ਹਿਸਾਬ ਨਾਲ ਜਿਹੜਾ ਇੱਕ ਤਾਂ ਪਹਿਲਾ ਸਹੀ ਹੈ ਦੂਜਾ ਬਾਰਸ਼ ਨਹੀਂ ਲਾਨਾ ਜਾਏਗਾ ਤੀਜਾ ਗੋਲੇ ਬੱਚ ਨੂੰ ਹੱਕ ਹੋਂ ਦੀ ਜ਼ਿਆਦਾ ਤੇ ਅਧਿਕਾਰ ਮਿਲ ਸਕਦੇ ਨਹੀਂ ਮਿਲ ਸਕਦੇ ਸੀ ਇਹ ਗਲਤ ਹੈ ਤੇ ਚੌਥਾ ਸਤਾਰਾ ਨੀਤੀ ਵਿੱਚ ਦਾਖਲ ਹੋਣ ਵਾਲਾ ਪਹਿਲਾ ਹਾਂ ਸਤਾਰਾ ਪਹਿਲਾ ਸੀਗਾ ਤੇ ਕਮੈਂਟ ਬਾਕਸ ਚ ਜਰੂਰ ਲਿਖਣਾ ਵੀ ਇਹ ਕਦੋਂ ਸ਼ਾਮਲ ਹੋ ਗਿਆ ਸੀਗਾ ਠੀਕ ਹੈ ਇਹ ਲਿਖਣਾਗਾ ਆਪਣਾ ਇਹਦਾ ਅੱਗੇ অপਸ਼ਨਾਂ ਦਿੱਤੀਆਂ ਨੇ ਕਿਹੜੇ-ਕਿਹੜੇ ਸਹੀ ਹੈ 1 2 3 1 2 ਤੇ 4 ਆਪਣਾ ਤੀਜਾ ਸਹੀ ਹੋ ਜਾਂਦਾ ਤੀਜਾ ਠੀਕ ਹੈ ਇਹਦੇ ਲਈ ਮਾਫੀ ਚਾਹਣਾ ਥੋੜਾ ਮੈਂ ਟਾਈਪ ਛੋਟਾ ਨਹੀਂ ਕੀਤਾ ਇਹ ਬਟਾ ਹੋ ਗਿਆ ਤੇ ਛੋਟਾ ਨਹੀਂ ਹੋ ਰਿਹਾ ਇਹ ਤਾਂ ਸੌਰੀ ਸਾਥਿਓ ਆ ਆਪਣਾ ਥੋੜਾ ਇੱਕ ਸਕਰੀਨ ਤੇ ਪੂਰਾ ਨਹੀਂ ਆਇਆ ਸਵਾਲ ਤੇ ਥੋੜੇ ਟਾਈਮ ਦਿਨਾਂ ਦੇ ਵਿੱਚ ਆਪਾਂ 20 ਦਿਨ ਰਹਿੰਦੇ ਲੈਪਟਾਪ ਤੇ ਆਪਾਂ ਸ਼ੁਰੂ ਕਰਾਂਗੇ ਤਾਂ ਇਹ ਸਾਰਾ ਆ ਜਾ ਕਰੂਗਾ ਲੈਪਟਾਪ ਠੀਕ ਕਰਵਾਵਾਂਗੇ ਆਪਾਂ ਉਹਦੇ ਚ ਦੇਖਾਂਗੇ ਫਿਰ 26 ਮਾ ਕਿ ਲਾਈਵ ਲੈਪਟਾਪ ਤੇ ਹੋਣਾਗਾ ਮੋਬਾਈਲ ਤੋਂ ਹੁੰਦਾ ਨਹੀਂਗਾ ਉਸ ਆਪਣਾ ਸਕਰੀਨ ਜਿਹੜੀ ਆਪਾਂ ਸ਼ੇਅਰ ਕਰਨੀ ਆ ਸਭੀ ਮਾ ਬਿਲੀਮ ਵੈਂਟਗ ਦੇ ਹੇਠਾਂ ਦਿੱਤੇ ਪ੍ਰਸ਼ਾਸਨਿਕ ਸੁਧਾਰਾਂ ਵਿੱਚੋਂ ਕਿਹੜਾ ਸਹੀ ਹੈ ਹੁਣ ਬਿਲੀਮ ਵੈਂਟਗ ਸਪੈਸ਼ਲੀ ਪੰਜਾਬ ਲੈਕਚਰਰ ਰੈਕਟਰ ਦਾ ਪਾਰਟ ਆ ਤਾਂ ਉਸਨੇ ਇਲਾਹਾਬਾਦ ਵਿਖੇ ਉੱਤਰ ਪੂਰਬੀ ਸੂਬੇ ਲਈ ਮਾਲੀਆ ਬੋਰਡ ਸਨਿਯੁਕਤ ਕੀਤਾ ਇਲਾਹਾਬਾਦ ਵਿਖੇ ਉੱਤਰ ਪੂਰਬੀ ਸੂਬੇ ਲਈ ਮਾਲੀਆ ਬੋਰਡ ਨਿਯੁਕਤ ਕੀਤਾ ਧਿਆਨ ਨਾਲ ਸਕਰੀਨਸ਼ਾਟ ਲੈ ਲਓ ਦੂਜਾ ਉਹ ਭਾਰਤੀਆਂ ਨੂੰ ਨੌਕਰੀਆਂ ਦੇਣ ਦੇ ਹੱਕ ਵਿੱਚ ਸੀ ਮਮ ਤੀਜਾ ਉਸਨੇ ਭਾਰਤੀ ਜੱਜਾਂ ਨੂੰ ਦੇ ਤਿੰਨ ਗ੍ਰੇਡ ਪੇਸ਼ ਕੀਤੇ ਸੀ ਤਾਂ ਹੁਣ ਪਹਿਲਾ ਦੂਜਾ ਤੀਜਾ ਕਿਹੜਾ ਸਹੀ ਹੈ ਇਹਨਾਂ ਚ ਸਹੀ ਸੁਣਨਾਗਾ ਤਾਂ ਇਹ ਧਿਆਨ ਰੱਖਣਾ ਸੀ ਸਹੀ ਕਿਹੜਾ ਹੈ ਕੇਵਲ ਪਹਿਲਾ ਸਹੀ ਹੈ ਦੂਜਾ ਬੀ ਪਹਿਲਾ ਦੂਜਾ ਦੋਨੇ ਸਹੀ ਹੈ ਸੀ ਦੂਜਾ ਤੀਜਾ ਦੋਨੇ ਸਹੀ ਹੈ ਡੀ ਪਹਿਲਾ ਦੂਜਾ ਤੀਜਾ ਤਿੰਨੇ ਸਹੀ ਹੈ ਤਾਂ ਕਿਹੜਾ ਸਹੀ ਹੈ ਆ ਸਾਥੀਓ ਹੁਣ ਦੇਖ ਲਓ ਇਲਾਹਾਬਾਦ ਦੇ ਵਿੱਚ ਉਹਨੇ ਉੱਤਰ ਪੂਰਬੀ ਸੂਬੇ ਦੇ ਵਿੱਚ ਮਾਲੀਆ ਬੋਰਡ ਸਥਾਪਿਤ ਕੀਤਾ ਸੀ ਇਹ ਤਾਂ ਬਿਲਕੁਲ ਸਹੀ ਹੈ ਦੂਜਾ ਉਹ ਭਾਰਤੀਆਂ ਨੂੰ ਨੌਕਰੀਆਂ ਦੇਣ ਦੇ ਹੱਕਤ ਸੀ ਹਾਂ ਉਹ ਦਾਰ ਸੀਗਾ ਨੌਕਰੀਆਂ ਦੇਣ ਦੇ ਹੱਕ ਦੇ ਵਿੱਚ ਉਹ 33 ਦੇ ਵਿੱਚ ਇੱਕ ਚਾਰਟਰ ਐਕਟ ਲੈ ਕੇ ਉਹਨਾਂ ਨੇ ਉਹਦੇ ਵਿੱਚ ਗੱਲ ਕਰਦਾ ਭਾਰਤੀਆਂ ਨੂੰ ਕਹਿ ਦਿੰਦਾ ਚੌਥਾ ਉਹਨੇ ਤਿੰਨ ਗ੍ਰੇਡ ਇੱਕ ਜੱਜਾਂ ਦਾ ਬਣਾਇਆ ਸੀ ਹਾਂ ਇਹ ਵੀ ਬਣਾਇਆ ਸੀਗਾ ਇਸ ਲਈ ਤਿੰਨੀ ਸਹੀ ਹੋ ਜਾਂਦੀ ਹੈ ਡੀ ਆ ਡੀ ਐ ਤਿੰਨੀ ਸਹੀ ਹੈ ਅਗਲਾ ਸਵਾਲ ਆਪਣਾ ਹੈਗਾ 27ਵਾਂ ਚਾਂਸੀ ਵਿੱਚ 1857 ਦੇ ਵਿਦਰੋਹ ਨੂੰ ਕਿਸ ਅੰਗਰੇਜ਼ ਅਫਸਰ ਨੇ ਦਬਾਇਆ ਸੀ A ਕੋਲਨ ਕੈਂਪੇਨ ਲੈ ਬੀ ਮੇਜਰ ਵਿਲੀਅਮ ਟੇਲਰ ਨੇ ਸੀ ਜਰਨਲ ਹਿਊਗ ਰੋਜ਼ ਨੇ ਤੇ ਡੀ ਇਹਨਾਂ ਵਿੱਚੋਂ ਕੋਈ ਨਹੀਂ ਚਾਂਸੀ ਦੇ ਵਿੱਚ ਕਿਹਨੇ ਦਬਾਇਆ ਸੀ ਤਾਂ ਇਹ ਸੀਗਾ 1 ਨੰਬਰ ਪਲੱਸ ਕਰ ਲੋ ਸਾਥੀਓ ਇਹ ਜਰਨਲ ਹਿਊਗ ਰੋਜ਼ ਨੇ ਅਗਲਾ 28ਵਾਂ ਸਵਾਲ 1857 ਦੇ ਵਿਦਰੋਹ ਤੋਂ ਤੁਰੰਤ ਬਾਅਦ ਬੰਗਾਲ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੀ ਉਥਲ-ਪੁਥਲ ਹੋਈ ਸੀ ਬੰਗਾਲ ਚ ਜਾਂ ਮਤਲਬ ਕਿਹੜੀ ਬਗਾਵਤ ਹੋ ਗਈ ਸੀਗੀ ਏ ਐਸ ਨੇ 80 ਬਗਾਵਤ ਸੀ ਬੀ ਸੰथाल ਬਗਾਵਤ ਸੀ ਸੀ ਇੰਡੀਗੋ ਬਗਾਵਤ ਸੀ ਤੇ ਡੀ ਪਵਨਾ ਕੜਬੜ ਜਾਂ ਬਗਾਵਤ ਸੀ ਬਗਾਵਤ ਠੀਕ ਹੈ ਬਗਾਵਤ ਤਾਂ ਸਾਥੀਆਂ ਨੇ ਟਿੱਕੀ ਕਰ ਲਿਆ ਉਹਨਾਂ ਦਾ ਉਹ ਹੋਈ ਸੀਗੀ ਇੱਕ ਪਲੱਸ ਕਰੋ ਸਾਥੀਓ ਜਿਹੜਿਆਂ ਨੇ ਲਾਇਆ ਇੰਡੀਗੋ ਸੀ ਇੰਡੀਗੋ ਬਗਾਵਤ ਹੋਈ ਸੀ ਅਗਲਾ ਸਵਾਲ 29 ਲਾਰਡ ਕਰਜਨ ਦੁਆਰਾ ਇਹ ਟ ਲਿਖਿਆਂ ਵਿੱਚੋਂ ਕਿਹੜਾ ਖੇਤੀ ਸੁਧਾਰ ਕੀਤਾ ਗਿਆ ਸੀ ਖੇਤੀ ਸੁਧਾਰ ਕਿਹੜਾ ਕੀਤਾ ਸੀ ਲਾਰਡ ਕਰਜਨ ਨੇ ਇੱਕ ਉਹ ਖੇਤੀ ਵਿੱਚ ਵਿਗਿਆਨਿਕ ਵਿਧਿ ਨੂੰ ਲਾਗੂ ਕਰਨ ਦੇ ਹੱਕ ਵਿੱਚ ਸੀਗਾ ਦੂਜਾ ਉਸ ਨੇ ਪੂਸਾ ਵਿੱਚ ਇੱਕ ਖੇਤੀਬਾੜੀ ਖੋਜ ਸੰਸਥਾ ਦੀ ਸਥਾਪਨਾ ਕੀਤੀ ਤੀਜਾ ਉਸ ਨੇ ਖੇਤੀਬਾੜੀ ਵਿੱਚ ਇੱਕ ਇਨਸਪੈਕਟਰ ਜਨਰਲ ਰੈਂਕ ਦਾ ਅਧਿਕਾਰੀ ਨਿਯੁਕਤ ਕੀਤਾ ਚੌਥਾ ਉਸ ਨੇ ਸਿੰਚਾਈ ਦੀ ਬਿਹਤਰੀ ਲਈ ਇੱਕ ਕਮਿਸ਼ਨ ਨਿਯੁਕਤ ਕੀਤਾ ਤਾਂ ਇਹਦੇ ਵਿੱਚੋਂ ਕਥਨ ਦੱਸਣਾ ਕਿਹੜਾ ਸਹੀ ਆ ਏ ਦੂਜਾ ਤੀਜਾ ਸਹੀ ਆ ਠੀਕ ਹੈ ਏ ਦੂਜਾ ਦੂਜਾ ਤੀਜਾ ਸਹੀ ਆ ਵੀ ਪਹਿਲਾ ਦੂਜਾ ਤੀਜਾ ਸਹੀ ਆ ਸੀ ਪਹਿਲਾ ਤੀਜਾ ਚੌਥਾ ਸਹੀ ਆ ਤੇ ਡੀ ਪਹਿਲਾ ਦੂਜਾ ਤੀਜਾ ਚੌਥਾ ਚਾਰੇ ਸਹੀ ਆ ਡੀ ਠੀਕ ਹੈ ਤਾਂ ਹੁਣ ਦੱਸੋ ਸਾਥੀਓ ਕਿਹੜਾ ਸਹੀ ਆ ਤਾਂ ਇਹਦੇ ਵਿੱਚ ਲਾੜ ਕਰ ਜਨ ਨੇ ਪਹਿਲਾ ਉਹ ਵਿਗਿਆਨਿਕ ਖੇਤੀ ਵਿੱਚ ਵਿਗਿਆਨਿਕ ਵਿਧ ਨੂੰ ਲਾਗੂ ਕਰਨ ਦੇ ਵਿੱਚ ਹੱਕ ਵਿੱਚ ਸੀ ਇਹ ਬਿਲਕੁਲ ਸਹੀ ਆ ਦੂਜਾ ਉਸਨੇ ਪੂਸਾ ਵਿੱਚ ਇੱਕ ਖੇਤੀਬਾੜੀ ਖੋਜ ਹਾਂ ਪੂਸਾ ਦੇ ਵਿੱਚ ਸਪੈਸ਼ਲੀ ਸਵਾਲ ਐ ਵੀ ਬਣ ਸਕਦਾ ਹੈ ਨਾ ਪੂਸਾ ਦੇ ਵਿੱਚ ਖੇਤੀ ਖੇਤੀਬਾੜੀ ਖੋਜ ਸੰਸਥਾ ਕਨੇ ਸਥਾਪਿਤ ਕੀਤੀ ਸੀ ਇਲਤਲਾਦ ਕਰਜਾਣੇ ਕੀਤੀ ਸੀ ਇਹ ਵੀ ਸਹੀ ਹੈ ਪੂਸਾ ਚ ਕੀਤੀ ਸੀ ਤੀਜਾ ਉਸਨੇ ਖੇਤੀਬਾੜੀ ਵਿੱਚ ਇੱਕ ਇਨਸਪੈਕਟਰ ਜਨਰਲ ਰੈਂਕ ਦਾ ਅਧਿਕਾਰੀ ਨਿਯੁਕਤ ਕੀਤਾ ਸੀ ਹਾਂ ਇਹ ਵੀ ਕੀਤਾ ਸੀਗਾ ਇਹ ਵੀ ਸਹੀ ਹੈ ਚੌਥਾ ਉਸਨੇ ਸਿੰਚਾਈ ਦੀ ਬਿਹਤਰੀ ਲਈ ਇੱਕ ਕਮਿਸ਼ਨ ਹਾਂ ਇਹ ਕਮਿਸ਼ਨ ਵੀ ਬਣਾਇਆ ਸੀ ਤਾਂ ਚਾਰੀ ਸਹੀ ਹੋ ਜਾਂਦੇ ਡੀ ਸਹੀ ਹੈ ਸਾਥਿਓ ਡੀ ਐਜਾ ਇਹ ਸਵਾਲ ਵੀ ਆ ਸਕਦੇ ਹੈਗੇ ਤਾਂ ਮੈਂ ਦੁਬਾਰਾ ਫਿਰ ਦੱਸਣਾ ਚਾਹੁੰਦਾ ਡੀ ਟ੍ਰਿਪਲ ਐਸ ਵੀ ਕੇ ਵੀ ਐਸਓ ਜੁਜੀਸੀ ਨੈਟ ਠੀਕ ਹੈ ਅਜੇਹੇ ਤੇ ਕੇ ਵੀ ਐਸਓ ਐਨ ਵੀ ਐਸਓ ਅਜੇਹੇ ਪੇਪਰਾਂ ਦੇ ਵਿੱਚ ਨਾ ਜੋ ਟੀਚਿੰਗ ਦੇ ਪੇਪਰ ਨੇ ਉਹਨਾਂ ਚ ਇਹ ਸਵਾਲ ਆਉਂਦੇ ਨੇ ਅਜੇਹੇ ਸਵਾਲ ਆਉਂਦੇ ਨੇ ਤਾਂ ਇਹਨਾਂ ਦੀ ਵੀ ਤੁਸੀਂ ਪ੍ਰੈਕਟਿਸ ਲਾ ਕੇ ਰੱਖਿਆ ਕਰੋ ਅਗਲਾ ਸਵਾਲ ਤੀਮਾ ਪੁਲਿਸ ਪ੍ਰਸ਼ਾਸਨ ਦੇ ਕੰਮ ਕਾਜ ਦੀ ਜਾਂਚ ਕਰਨ ਲਈ ਲਾਰਡ ਕਰਜ਼ਨ ਦੁਆਰਾ ਹੇਠ ਲਿਖੇ ਕਮਿਸ਼ਨਾਂ ਵਿੱਚੋਂ ਕਿਹੜਾ ਕਮਿਸ਼ਨ ਨਿਯੁਕਤ ਕੀਤਾ ਗਿਆ ਸੀ ਹੁਣ ਲਾਰਡ ਕਰਜ਼ਨ ਦੁਆਰਾ ਹੇਠ ਦਿੱਤੇ ਕਮਿਸ਼ਨਾਂ ਵਿੱਚੋਂ ਕਿਹੜਾ ਕਮਿਸ਼ਨ ਨਿਯੁਕਤ ਕੀਤਾ ਗਿਆ ਸੀ ਉੱਪਰਲਾ ਵੀ ਕਰ ਜਾਂਦੀ ਸੀ ਨਾ ਹਾਂ ਕਰ ਜਣੇ ਆ ਤਾਂ ਇੱਕ ਮੈਕਡੋਨਲਡ ਕਮਿਸ਼ਨ ਬੀ ਰੇਲੇ ਕਮਿਸ਼ਨ ਸੀ ਫਰੇਜ਼ਰ ਕਮਿਸ਼ਨ ਡੀ ਪੌਂਚ ਕਮਿਸ਼ਨ ਤਾਂ ਕਿਹੜਾ ਲਾਰਡ ਕਰਜਨ ਨੇ ਪੁਲਿਸ ਪ੍ਰਸ਼ਾਸਨ ਲਈ ਨਿਯੁਕਤ ਕੀਤਾ ਸੀ ਪੁਲਿਸ ਪ੍ਰਸ਼ਾਸਨ ਸਪੈਸ਼ਲੀ ਮੈਂਸ਼ਨ ਆ ਪੁਲਿਸ ਪ੍ਰਸ਼ਾਸਨ ਤਾਂ ਪੁਲਿਸ ਪ੍ਰਸ਼ਾਸਨ ਲਈ ਨਿਯੁਕਤ ਕੀਤਾ ਸੀ ਸਾਥਿਓ ਹਮ ਤਾਂ ਇਹ ਨਿਯੁਕਤ ਕੀਤਾ ਸੀ ਫਰੇਜ਼ਰ ਕਮਿਸ਼ਨ ਫਰੇਜ਼ਰ ਕਮਿਸ਼ਨ ਲਾਇਆ ਜਿਹੜੇ ਸਾਥਿਓ ਨੇ ਇੱਕ ਨੰਬਰ ਪਲੱਸ ਕਰੋ ਫਰੇਜ਼ਰ ਕਮਿਸ਼ਨ 31 ਮਸਵਾਲ ਗਾਂਧੀ ਜੀ ਨੇ ਇਹ ਲਿਖੇ ਵਿੱਚੋਂ ਕਿਸ ਅੰਦੋਲਨ ਲਈ ਪਹਿਲਾ ਵਰਤ ਵੀ ਉਹਨੇ ਸਭ ਤੋਂ ਪਹਿਲਾਂ ਵਰਤ ਕਿਹੜੇ ਅੰਦੋਲਨ ਚ ਰੱਖਿਆ ਸੀਗਾ ਏ ਖੇੜਾ ਸਤਿਆਗ੍ਰਹਿ ਬੀ ਚੰਪਾਰਨ ਸਤਿਆਗ੍ਰਹਿ ਸੀ ਅਹਮਦਾਬਾਦ ਮਿਲ ਹੜਤਾਲ ਡੀ ਜਲਿਆਂਵਾਲਾ ਬਾਗ ਦਾ ਸਾਕਾ ਤਾਂ ਉਹਨੇ ਪਹਿਲੀ ਵਾਰ ਵਰਤ ਕਦੋਂ ਰੱਖਿਆ ਸੀ ਇੱਕ ਤਾਂ ਸਾਥੀ ਉਹ ਰੱਖਿਆ ਸੀ ਉਹਨੇ ਵਰਤ ਜਦੋਂ ਕਮਿਊਨਲ ਰਵਾੜ ਵੇਰੇ ਕਮਿਊਨਲ ਰਵਾੜ ਵੜੇ ਕਮਿਊਨਲ ਰਵਾੜ ਕਿਸ ਨਾਲ ਸੰਬੰਧਿਤ ਹੈ ਕਮੈਂਟ ਬਾਕਸ ਜ਼ਰੂਰ ਲਿਖੋ ਇਹ ਗਾਂਧੀ ਨੇ ਵਰਤ ਰੱਖਦਾ ਮਰਨ ਵਰਤ ਰੱਖਦਾ ਇਥੇ ਸੌਰੀ ਪਹਿਲਾ ਵਰਤ ਤੇ ਮਰਨ ਵਰਤ ਚ ਥੋੜਾ ਜਿਹਾ ਡਿਫਰੈਂਸ ਆ ਜੇ ਸਵਾਲ ਆਵੇ ਮਰਨ ਵਰਤ ਤੇ ਕਦੋਂ ਬੈਠਿਆ ਸੀ ਗਾਂਧੀ ਕਮਿਊਨਲ ਅਵਾਰਡ ਆਇਆ ਜਦੋਂ ਉਦੋਂ ਬੈਠਿਆ ਤੇ ਪਹਿਲਾ ਵਰਤ ਰੱਖਿਆ ਉਹਨੇ ਅਹਮਦਾਬਾਦ ਮਿਲ ਹੜਤਾਲ ਦੇ ਟਾਈਮ ਅਹਮਦਾਬਾਦ ਮਿਲ ਹੜਤਾਲ ਦੇ ਟਾਈਮ 32ਵਾਂ ਸਵਾਲ ਡਾਕਟਰ ਅੰਬੇਦਕਰ ਬਾਰੇ ਇਹ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ ਨਹੀਂ ਪੁੱਛਿਆਂ ਦੇ ਵਿੱਚ ਇਹ ਜਦੋਂ ਵੀ ਮਰਾਓ ਜਦੋਂ ਵੀ ਮਰਾਓ ਲਗਭਗ 15 ਸਾਲ ਦਾ ਸੀ ਤਾਂ ਉਸ ਦਾ ਵਿਆਹ 9 ਸਾਲ ਦੀ ਲੜਕੀ ਰਮਾ ਬਈ ਨਾਲ ਹੋਇਆ ਸੀ 20 ਭਾਰਤੀ ਰਿਜ਼ਰਵ ਬੈਂਕ ਆਰਬੀਆਈ ਹੈ ਜਿਹੜਾ ਅੰਬੇਡਕਰ ਦੇ ਵਿਚਾਰਾਂ ਤੇ ਆਧਾਰਿਤ ਹੈ ਜੋ ਉਸ ਨੇ ਹਿਲਟਨ ਜੰਗ ਕਮਿਸ਼ਨ ਨੂੰ ਪੇਸ਼ ਕੀਤੇ ਸੀ ਵਿਚਾਰ ਉਹ ਵਿਚਾਰਾਂ ਤੇ ਆ ਤੇ ਇਸ ਤੇ ਉਹਨਾਂ ਦੀ ਪੀ ਐਚ ਡੀ ਥੀਸਿਸ ਵੀ ਆ ਅ ਅਗਲਾ ਜਿਹੜਾ ਆਪਣਾ ਸੀ ਉਹ ਅਜਾਲ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਤੇ ਨਿਆਂ ਮੰਤਰੀ ਸਨ ਪ੍ਰੋਬਲਮ ਆਫ ਰੂਪੀ ਤੇ ਉਹਨਾਂ ਦਾ ਜਿਹੜਾ ਮੇਨ ਥੀਸਿਸ ਆ ਦੋ ਪੀ ਐਚ ਡੀਆਂ ਕੀਤੀਆਂ ਹੋਈਆਂ ਸੀ ਡਾਕਟਰ ਬੀ ਆਰ ਮਿਲ ਕਰਨੇ ਤਾਂ ਡੀ 1965 ਦੇ ਵਿੱਚ ਬੁੱਧ ਧਰਮ ਅਪਣਾ ਲਿਆ ਸੀ ਤਾਂ ਸਾਥੀਓ ਇਹਦੇ ਵਿੱਚ ਆਪਾਂ ਚੁਣਨਾਗਾ ਵੀ ਸਹੀ ਨਹੀਂ ਹੈ ਕਿਹੜਾ ਸਹੀ ਨਹੀਂ ਪਹਿਲਾਂ ਤਾਂ ਹਾਂ 15 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ 9 ਸਾਲ ਦੀ ਲੜਕੀ ਰਮਾ ਬਾਈ ਨਾਲ ਵਿਆਹ ਹੋਇਆ ਸੀ ਇਹ ਸਹੀ ਹੈ ਬਿਲਕੁਲ ਭਾਰਤੀ ਰਿਜਰਵ ਬੈਂਕ ਕੰਬੈਡ ਕਰਦੇ ਵਿਚਾਰਾਂ ਤੇ ਬਣਿਆ ਹੋਇਆ 1935 ਦੇ ਵਿੱਚ ਬਣਿਆ ਸੀਗਾ ਠੀਕ ਹੈ ਤਾਂ ਜੰਗ ਹੈਰਿਟਨ ਕਮਿਸ਼ਨ ਦੇ ਅੱਗੇ ਉਹਨੇ ਵਿਚਾਰ ਪੇਸ਼ ਕੀਤੇ ਸੀਗੇ ਉਹ ਯਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਤੇ ਨਿਆਂ ਮੰਤਰੀ ਸੀ ਇਹ ਵੀ ਬਿਲਕੁਲ ਸਹੀ ਹੈ ਤਾਂ ਬੁੱਧ ਧਰਮ ਉਹਨਾਂ ਨੇ 14 ਅਕਤੂਬਰ 1952 ਨੂੰ ਅ ਅਪਣਾਇਆ ਸੀ 1952 ਉਹਨਾ ਸੀ ਇੱਥੇ 65 ਆ ਗਿਆ ਇਹ ਗਲਤ ਹੋ ਜਾਂਦਾ ਹੈ ਇਸ ਲਈ 1952 ਆਊਗਾ ਇੱਥੇ ਠੀਕ ਹੈ ਅਗਲਾ ਸਵਾਲ 33ਵਾਂ ਹੇਠ ਲਿਖਿਆਂ ਵਿੱਚੋਂ ਕਿਹੜੀ ਕਿਤਾਬ ਡਾਕਟਰ ਅੰਬੇਡਕਰ ਨੇ ਨਹੀਂ ਲਿਖੀ ਤਾਂ ਕਿਹੜੀ ਨਹੀਂ ਲਿਖੀ ਨਹੀਂ ਲਿਖੀ ਨਹੀਂ ਪੁੱਛੇਗਾ ਠੀਕ ਹੈ ਨਹੀਂ ਲਿਖੀ ਏ ਪਾਕਿਸਤਾਨ ਬਾਰੇ ਵਿਚਾਰ ਥਾਟਸ ਔਨ ਪਾਕਿਸਤਾਨ ਇੰਗਲਿਸ਼ ਦੇ ਵਿੱਚ ਕਰਾਂਗੇ ਵੀ ਜਾਤਪਾਤ ਦਾ ਖਾਤਮਾ ਐਨਹਿਲੇਸ਼ਨ ਆਫ ਕਾਸਟ ਸੀ ਰੁਪਏ ਦੀ ਸਮੱਸਿਆ ਮੂਲ ਤੇ ਹੱਲ ਇਹਦਾ ਮਤਲਬ ਪ੍ਰੋਬਲਮ ਆਫ ਰੁਪਈਆ ਆਊਗਾ ਡੀ ਗਾਂਧੀ ਨਹਿਰੂ ਤੇ ਟੈਗੋਰ ਤਾਂ ਕਿਹੜੀ ਕਿਤਾਬ ਨਹੀਂ ਲਿਖੀ ਆਪਾਂ ਕਿਤਾਬਾਂ ਸਾਰੀਆਂ ਇਕੱਤਰ ਕਰਾਈਆਂ ਹੋਈਆਂ ਨੇ ਤੇ ਵੀਡੀਓ ਬਣਾਈ ਆਪਾਂ ਸਪੈਸ਼ਲ ਡਾਕਟਰ ਅੰਬੇਡਕਰ ਤੇ ਤੁਸੀਂ ਉਹ ਵੀ ਦੇਖ ਸਕਦੇ ਹੋ ਜਾ ਕੇ ਕਿਉਂਕਿ ਪੰਜਾਬ ਲੈਕਚਰਰ ਕੇਡਰ ਦੇ ਸਲਿਪਸ ਦਾ ਸਪੈਸ਼ਲੀ ਪਾਰਟ ਆ ਡਾਕਟਰ ਬੀ ਆਰ ਅੰਬੇਡਕਰ ਤਾਂ ਹਾਂ ਜੀ ਸਾਥੀਓ ਅਪਾ ਦੱਸਣੀ ਹੋਈਆਂ ਕਿ ਪਾਕਿਸਤਾਨ ਬਾਰੇ ਵਿਚਾਰ ਥੌਟਸ ਔਨ ਪਾਕਿਸਤਾਨ ਐਨਹਿਲੇਸ਼ਨ ਆਫ ਕਾਸਟ ਜਾਤ ਪਾਦਾ ਖਾਤਮਾ ਪ੍ਰੋਬਲਮ ਫॉर ਪੀਸ ਇਹ ਤਿੰਨੇ ਇੱਕ ਤਾਂ ਆਪਾਂ ਡਾਕਟਰ ਬੀ ਆਰ ਅੰਬੇਦਕਰ ਦੀਆਂ ਨੇ ਤੇ ਗਾਂਧੀ ਨਹਿਰੂ ਤੇ ਟੈਗੋਰ ਇਹ ਕਿਤਾਬ ਡਾਕਟਰ ਅੰਬੇਦਕਰ ਦੀ ਨਹੀਂ ਆ ਅਗਲਾ 34ਵਾਂ ਸਵਾਲ ਹైదరాబాద్ ਰਾਜ ਨੂੰ ਭਾਰਤੀ ਗਣਰਾਜ ਦਾ ਹਿੱਸਾ ਬਣਾਉਣ ਲਈ ਸਰਦਾਰ ਪਟੇਲ ਦੁਆਰਾ ਕਿਹੜਾ ਆਪਰੇਸ਼ਨ ਚਲਾਇਆ ਗਿਆ ਸੀ ਠੀਕ ਹੈ ਕਿਹੜਾ ਆਪਰੇਸ਼ਨ ਆਪਰੇਸ਼ਨ ਠੀਕ ਹੈ ਏ ਆਪਰੇਸ਼ਨ ਬਲੂ ਸਟਾਰ ਬੀ ਆਪਰੇਸ਼ਨ ਪੋਲੋ ਸੀ ਆਪਰੇਸ਼ਨ ਜਬਤ ਡੀ ਆਪਰੇਸ਼ਨ ਇਕਤਾ ਕਿਹੜਾ ਚਲਾਇਆ ਗਿਆ ਸੀ ਸੋਚ ਲਓ ਕਮੈਂਟ ਵੀ ਕਰਿਆ ਕਰੋ ਏ ਬੀ ਸੀ ਕੀ ਆਊਗਾ ਇਹਨਾਂ ਚੋਂ ਜ਼ਰੂਰ ਲਿਖੋ ਤਾਂ ਇਹਦੇ ਵਿੱਚੋਂ ਆਊਗਾ ਆਪਰੇਸ਼ਨ ਪੋਲੋ ਆਪਰੇਸ਼ਨ ਪੋਲੋ ਕਿਹਦੇ ਨਾਲ ਹైదరాబాద్ ਨੂੰ ਜਦੋਂ ਭਾਰਤੀ ਗਣਰਾਜ ਦੇ ਵਿੱਚ ਸ਼ਾਮਲ ਕੀਤਾ ਤਾਂ ਆਪਰੇਸ਼ਨ ਪੋਲੋ ਚਲਾਇਆ ਸੀ ਕਿੰਨੇ ਚਲਾਇਆ ਸੀ ਸਰਦਾਰ ਵੱਲਭ ਭਾਈ ਪਟੇਲ ਨੇ ਚਲਾਇਆ ਸੀ ਨੈਕਸਟ ਸਵਾਲ 35ਵਾਂ ਕਿਸਹੋ ਅੰਦੋਲਨ ਦੌਰਾਨ ਸਰਦਾਰ ਪਟੇਲ ਨੂੰ ਸਰਦਾਰ ਦੀ ਉਪਾਧੀ ਦਿੱਤੀ ਗਈ ਸੀ ਏ ਲੂਣ ਸਤਿਆਗ੍ਰਹਿ ਬੀ ਆਪਰੇਸ਼ਨ ਪੋਲੋ ਤੋਂ ਬਾਅਦ ਸੀ ਭਾਰਤ ਛਡੋ ਅੰਦੋਲਨ ਦੌਰਾਨ ਡੀ ਬਾਰਦੋਲੀ ਤਾਂ ਦਿੱਤੀ ਕਿਨੇ ਸੀ ਦਿੱਤੀ ਸੀ ਇਹ ਔਰਤਾਂ ਨੇ ਔਰਤਾਂ ਨੇ ਦਿੱਤੀ ਸੀ ਔਰਤਾਂ ਨੇ ਅੰਦੋਲਨਕਾਰੀ ਔਰਤਾਂ ਨੇ ਤਾਂ ਇਹ ਦਿੱਤੀ ਸੀ ਬਾਰਦੋਲੀ ਸਤਿਆਗ੍ਰਹਿ ਦੇ ਵਿੱਚ ਦਿੱਤੀ ਸੀ ਡੀ ਟਿਕ ਕਰਨ ਵਾਲੇ 1 ਨੰਬਰ ਪਲੱਸ ਕਰਦੇ ਚਲੋ ਸਾਥੀਓ ਅਗਲਾ ਸਵਾਲ ਹੈਗਾ ਆਪਣਾ 36ਵਾਂ ਜਪਾਨ ਨੇ ਪਰਲ ਹਾਰਬਰ ਤੇ ਕਦੋਂ ਹਮਲਾ ਕੀਤਾ ਜਪਾਨ ਨੇ A 7 ਜਨਵਰੀ 1941 B 20 ਦਸੰਬਰ 1941 C 7 ਮਾਰਚ 1941 D 7 ਦਸੰਬਰ 1941 ਇਹ ਵੀ ਆਪਾਂ ਕਰਾਇਆ ਹੋਇਆਗਾ ਜੇ ਤੁਸੀਂ ਧਿਆਨ ਨਾਲ ਆਪਣੀ ਵੀਡੀਓਜ਼ ਦੇਖੀਆਂ ਨੇ ਤਾਂ ਤੁਸੀਂ ਜ਼ਰੂਰ ਟਿਕ ਕਰਤਾ ਹੋਣਾ ਤਾਂ ਇਹਦਾ ਸਹੀ ਉੱਤਰ ਹੈ D 7 ਦਸੰਬਰ 1941 ਨੂੰ ਦਸੰਬਰ ਜਪਾਨ ਨੇ ਪਰਲ ਹਾਰਬਰ ਤੇ ਕਮਲਾ ਹਮਲਾ ਕੀਤਾ ਸੀ ਤੇ ਅਗਲੇ ਦਿਨ ਅਗਲੀ 8 ਦਸੰਬਰ ਨੂੰ ਅਮਰੀਕਾ ਵੀ ਦੂਜੇ ਵਿਸਵ ਉਧ ਦੇ ਵਿੱਚ ਸ਼ਾਮਲ ਹੋ ਜਾਂਦਾ ਅਗਲਾ ਸਵਾਲ ਆਪਣਾ 37ਵਾਂ ਸਪਿਨਿੰਗ ਜੈਨੀ ਦੀ ਕਾੜ ਕਿਸ ਨੇ ਕੱਢੀ ਸੀ ਉਦਯੋਗਿਕ ਕ੍ਰਾਂਤੀ ਚ ਲੈ ਦੇ ਆਪਾਂ ਏ ਜੇਮਜ਼ ਪ੍ਰਿੰਸਿਪ ਨੇ ਬੀ ਜੇਮਜ਼ ਹਾਰਗਰੀਵਜ਼ ਨੇ ਸੀ ਜੇਮਜ਼ ਵਾਟ ਨੇ ਡੀ ਸੈਮੂਲ ਕ੍ਰੰਪਟਨ ਨੇ ਤਾਂ ਸਪਿਨਿੰਗ ਜੈਨੀ ਦੀ ਕਾੜ ਕਿਸ ਨੇ ਕੱਢੀ ਆ ਤਾਂ ਇਹ ਕੱਢੀ ਆ ਸਾਥੀਓ ਜੇਮਜ਼ ਹਾਰਗਰੀਵਜ਼ ਨੇ ਬੀ ਸਹੀ ਹੋ ਜਾਂਦਾ ਇੱਕ ਨੰਬਰ ਪਲੱਸ ਕਰੋ ਜੀ ਬੀ ਲਾਉਣ ਵਾਲੇ ਅਗਲਾ ਸਵਾਲ ਆਪਣਾ ਹੈਗਾ ਕਿਹੜੇ ਦੇਸ਼ ਨੇ ਪੰਗੋਲਕ ਖੋਜ ਦੇ ਕੰਮ ਵਿੱਚ ਯੂਰਪ ਨੂੰ ਅਗਵਾਈ ਦਿੱਤੀ ਸੀ ਤਾਂ ਇਹ ਪੁਨਰਜਗਰਨ ਤੋਂ ਸਵਾਲ ਇਹ ਫਰਾਂਸ ਨੇ B ਸਪੇਨ ਨੇ C ਇਟਲੀ ਨੇ D ਪੁਰਤਗਾਲ ਨੇ ਤਾਂ ਇਹਦਾ ਬਿਲਕੁਲ ਸਹੀ ਹੋ ਜਾਂਦਾ ਪੰਗੋਲਕ ਖੋਜਾਂ ਲਈ ਮੈਗਲਾਨ ਇਸ ਲਈ ਜਿਆਦਾ ਮਹੱਤਵਪੂਰਨ ਅਤੇ ਦੇਸ਼ ਕਿਹੜਾ ਦੇਸ਼ ਹੈ ਪੁਰਤਗਾਲ ਪੁਰਤਗਾਲ ਸਹੀ ਹੋ ਜਾਂਦਾ 1 ਨੰਬਰ ਪਲੱਸ ਕਰੋ ਅਗਲਾ ਸਵਾਲ ਹੈ ਪੰਗੋਲਕ ਖੋਜਾਂ ਲਈ ਦਾ ਪੁਰਤਗਾਲੀ ਹੈ ਅਗਲਾ ਵਾਈ ਕਿੱਤੀ ਸੀ ਚਲੋ 39ਵਾਂ ਵਰਸੇਲਜ ਦੀ ਸੰਧੀ ਨੂੰ ਨਸ਼ਟ ਕੀਤਾ ਜਾਣਾ ਚਾਹੀਦਾ ਹੈ ਇਹ ਨਾਰਾ ਕਿਹਨੇ ਦਿੱਤਾ ਸੀ ਇਹ ਹਿਟਲਰ ਨੇ ਵੀ ਮੂਸੋਲਿਨੀ ਨੇ ਮੂਸੋਲਿਨੀ ਨੇ ਜੀ ਬਿਸਮਾਰਕ ਨੇ ਸੀ ਬਿਸਮਾਰਕ ਨੇ ਡੀ ਇਹਨਾਂ ਵਿੱਚ ਕੋਈ ਨਹੀਂ ਇਹ ਸਾਥੀਆਂ ਨੂੰ ਸਾਰਿਆਂ ਨੂੰ ਪਤਾ ਹੈ ਵਰਸੇਲਜ ਦੀ ਸੰਧੀ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਸੀ ਜਰਮਨੀ ਨੂੰ ਜਰਮਨੀ ਦਾ ਕਿਹੜਾ ਬੰਦਾ ਸੀਗਾ ਉਹ ਸੀਗਾ ਹਿਟਲਰ ਅਗਲਾ ਆਪਣਾ ਸਵਾਲ ਹੈਗਾ 40ਵਾਂ ਕਲੀਨ ਨੂੰ ਜਿਹੜੇ ਕਲੀਨ ਸੀਗੇ ਤਾਂ ਇਹਨਾਂ ਨੂੰ ਲੈਟਰਜ਼ ਦੀ ਕੈਚਟ ਪ੍ਰਾਪਤ ਹੁੰਦਾ ਸੀਗਾ ਇਹ ਕੀ ਸੀਗਾ ਇਹ ਧਰਮ ਦਾ ਅਧਿਕਾਰ ਵੀ ਮੁਕਤੀ ਦਾ ਸੀ ਵਿਸ਼ੇਸ਼ ਅਧਿਕਾਰ ਦੀ ਸੁਤੰਤਰ ਅੰਦੋਲਨ ਦਾ ਅਧਿਕਾਰ ਤਾਂ ਕੁਲੀਨਾਂ ਨੂੰ ਨੋਬਿਲਟੀ ਨੂੰ ਨੋਬਿਲਟੀ ਨੂੰ ਕਿਹੜਾ ਅਧਿਕਾਰ ਪ੍ਰਾਪਤ ਸੀਗਾ ਲੈਟਰਜ਼ ਦੀ ਕੈਚਟ ਨੋਬਿਲਟੀ ਨੂੰ ਤਾਂ ਇਹ ਕੀ ਸੀ ਵਿਸ਼ੇਸ਼ ਅਧਿਕਾਰ ਸੀਗਾ ਅਗਲਾ ਸਵਾਲ ਇਹ ਕਾ ਲਿਮਾ ਇਹੋ ਜਿਹਾ ਵੀ ਸਵਾਲ ਬਣ ਜਾਂਦੇ ਹੁੰਦੇ ਆ ਕਈ ਵਾਰੀ ਫ੍ਰਾਂਸੀਸੀ ਕ੍ਰਾਂਤੀ ਦਾ ਸਭ ਤੋਂ ਮਹੱਤਵਪੂਰਨ ਯੋਗਦਾਨ ਕਿਸ ਦਾ ਵਿਕਾਸ ਸੀ A ਰਾਸ਼ਟਰਵਾਦ ਦੀ ਭਾਵਨਾ ਦਾ B ਦੇਸ਼ ਭਗਤੀ ਦੀ ਭਾਵਨਾ ਦਾ C ਵਿਗਿਆਨਿਕ ਚੇਤਨਾ ਦਾ D ਰਾਜਨੀਤਿਕ ਚੇਤਨਾ ਦਾ ਤਾਂ ਫ੍ਰਾਂਸੀਸੀ ਕ੍ਰਾਂਤੀ ਦਾ ਸਭ ਤੋਂ ਵੱਡਾ ਯੋਗਦਾਨ ਤਾਂ ਇਸ ਤੋਂ ਬਾਅਦ ਜ਼ਿਆਦਾ ਵਿਕਾਸ ਹੋਇਆਗਾ ਫ੍ਰਾਂਸ ਦੀ ਕ੍ਰਾਂਤੀ ਤੋਂ ਬਾਅਦ ਫਿਰ ਰਾਸ਼ਟਰ ਬਣਦੇ ਹਨ ਇਹ ਸੀ ਰਾਸ਼ਟਰਵਾਦ ਦੀ ਭਾਵਨਾ ਦਾ ਵਿਕਾਸ ਹੋਇਆ 42 ਮਾਸਵਾਲ ਮੇਰੀ ਮੌਤ ਤੋਂ ਬਾਅਦ ਬਨਾਸ ਹੋਵੇਗਾ ਇਹ ਕਿਸਦਾ ਕਥਨਾ A लुइस 14ਵੇਂ ਦਾ B लुइस 15ਵੇਂ ਦਾ C लुइस 16ਵੇਂ ਦਾ D लुइस 18ਵੇਂ ਦਾ ਤਾਂ ਇਹਦਾ ਕਿਹੜੇ ਬੰਦੇ ਨੇ ਕਿਹਾ ਸੀਗਾ ਇਹ ਕਿਹਾ ਸੀ लुइस 15ਵੇਂ ਨੇ लुइस 15ਵੇਂ ਨੇ ਕਿਹਾ ਸੀ ਮੇਰੀ ਮੌਤ ਤੋਂ ਬਾਅਦ ਨੂੰ ਪਤਾ ਲੱਗੇ 16ਵੇਂ ਨਾਲ ਹੋਣੀ ਕਿ ਉਹਦੀ ਘਰ ਵਾਲੀ ਵੀ ਇਹੋ ਜੀ ਆ ਖਰਚੀਲੀ ਤਾਂ ਹੁਣ ਪਤਾ ਲੱਗਾ ਸੀ ਬਨਾਸ ਹੀ ਹੋਊਗਾ ਅਗਲਾ 43ਵਾਂ ਬੋਸਟਨ ਟੀ ਪਾਰਟੀ ਦੇ ਅਗਵਾਈ ਕਿਸ ਨੇ ਕੀਤੀ ਸੀ A ਵਾਸ਼ਿੰਗਟਨ ਨੇ B ਜੈਫਰਸਨ ਨੇ C ਥਾਮਸਨ ਪੈਨ ਨੇ D ਸੈਮੂਲ ਐਡਮਸ ਨੇ ਐਡਮਸ ਨੇ ਤਾਂ ਇਹਦਾ ਸਹੀ ਬੋਸਟਨ ਟੀ ਪਾਰਟੀ ਦੀ ਜਿਹੜੀ ਅਗਵਾਈ ਕੀਤੀ ਆ ਉਹ ਕੀਤੀ ਆ 1 ਨੰਬਰ ਪਲੱਸ ਕਰੋ ਐਡਮ ਸੈਮੂਲ ਐਡਮਸ ਨੇ ਸੈਮੂਲ ਐਡਮਸ ਨੇ ਅਗਲਾ ਸਵਾਲ 44ਵਾਂ ਪਹਿਲੇ ਵਿਸ਼ਵ ਯੁੱਧ ਦੇ ਨਤੀਜੇ ਵਜੋਂ ਕਿਹੜਾ ਦੇਸ਼ ਸਭ ਤੋਂ ਵੱਧ ਵਿਕਸਿਤ ਹੋਇਆ ਪਹਿਲੇ ਫਸਟ A ਅਮਰੀਕਾ B ਜਾਪਾਨ ਜੀ 8L D ਜਰਮਨੀ ਤਾਂ ਸਭ ਤੋਂ ਬਾਅਦ ਵਿਕਸਿਤ ਕਿਹੜਾ ਦੇਸ਼ ਹੋਇਆ ਸਾਥੀਓ ਸਭ ਤੋਂ ਬਾਅਦ ਤਾਂ ਸਭ ਤੋਂ ਬਾਅਦ ਹੋਇਆ ਸੀ ਅਮਰੀਕਾ ਇਹ ਐਸੀ ਇੱਕ ਪਲੱਸ ਕਰੋ ਅਗਲਾ ਸਵਾਲ 15ਵਾਂ ਲੀਗ ਆਫ ਨੇਸ਼ਨ ਦੀ ਸਥਾਪਨਾ ਲਈ 17 ਮੈਂਬਰੀ ਕਮਿਸ਼ਨ ਕਿਸ ਦੀ ਪ੍ਰਧਾਨਗੀ ਹੇਠ ਬਣਾਇਆ ਗਿਆ ਸੀ 17 ਮੈਂਬਰਾਂ ਦਾ ਇੱਕ ਕਮਿਸ਼ਨ ਬਣਿਆ ਸੀਗਾ ਲੀਗ ਆਫ ਨੇਸ਼ਨ ਦੀ ਸਥਾਪਨਾ ਲਈ ਤਾਂ ਕਿਹਨੇ ਅਗਵਾਈ ਚ ਬਣਾਇਆ ਸੀ ਏ ਵਿਲਸਨ ਬੀ ਚਰਚਿਲ ਸੀ ਜਨਰਲ ਸਮਿਟਸ ਡੀ ਲਾਰਡ ਜਾਰਜ ਤਾਂ ਲੀਗ ਆਫ ਨੇਸ਼ਨ ਕਦੋਂ ਬਣਦਾ ਇਹ ਕੋਈ ਵੀ ਕਮੈਂਟ ਬਾਕਸ ਚ ਲਿਖਣਾ ਠੀਕ ਹੈ ਤਾਂ ਕਿਹੜੇ ਵਿਸ਼ਵ ਜੰਦ ਦੁਆਰਾ ਕਿਹੜੀ ਵਰਲਡ ਵਾਰ ਦੇ ਬਾਅਦ ਬਣਦਾ ਹੈ ਤਾਂ ਇਹਦਾ ਜਿਹੜਾ ਮੇਨ ਪ੍ਰਧਾਨਗੀ ਕੌਣ ਕਰਦਾ ਤਾਂ ਤਾਂ ਅਲੱਗ-ਅਲੱਗ ਜਿਹੜੇ ਸੀਗੇ ਪ੍ਰਧਾਨ ਮੰਤਰੀ ਅਗਵਾਈ ਕਰ ਰਹੇ ਸੀ ਮੇਨ ਸੀਗਾ ਉਸ ਟਾਈਮ ਇੰਗਲੈਂਡ ਦਾ ਕੌਣ ਸੀਗਾ ਪ੍ਰਧਾਨ ਮੰਤਰੀ ਲਾਇਡ ਜਾਂ ਲਾਰਡ ਜਾਰਜ ਇਹ ਗਵਾਈ ਕਰਦਾ 1 ਨੰਬਰ ਪਲੱਸ ਕਰੋ ਜਾਰਜ ਲਾਉਣ ਵਾਲੇ ਅਗਲਾ ਸ਼ੈਲੀਮਾ ਸਵਾਲ ਆਪਣਾ ਦੂਜੇ ਵਿਸ਼ਵ ਯੁੱਧ ਵਿੱਚ ਇਹ ਲਿਖਿਆ ਵਿੱਚੋਂ ਕਿਹੜੀ ਲੜਾਈ ਸਭ ਤੋਂ ਮਹੱਤਵਪੂਰਨ ਸੀ ਜਿਹੜੀ ਨੇ ਦੂਜੇ ਵਿਸ਼ਵ ਯੁੱਧ ਦਾ ਸਾਰਾ ਤਖਤਾ ਹੀ ਪਲਟਦਾ ਸੀਗਾ ਤੇ ਜਰਮਨੀ ਨੂੰ ਹਰ ਦਾ ਮੂੰਹ ਦੇਖਣਾ ਪੈ ਸੀ ਸਰਦੀਆਂ ਆ ਗਈਆਂ ਸੀ ਇਹ ਮਿਡਵੇ ਦੀ ਲੜਾਈ ਸੀ ਵਰਲਨ ਦੀ ਲੜਾਈ ਸੀ ਵੀ ਵਰਲਨ ਦੀ ਲੜਾਈ ਸੀ ਜਟਲੈਂਡ ਦੀ ਲੜਾਈ ਤੇ ਡੀ ਸਟਾਲਿੰਗਰਾਡ ਦੀ ਲੜਾਈ ਤਾਂ ਕਿਹੜੀ ਸਭ ਤੋਂ ਮਹੱਤਵਪੂਰਨ ਲੜਾਈ ਰਹੀ ਹੈ ਵਾਰਲਡ ਵਾਰ 2 ਦੀ ਤਾਂ ਇਹ ਸਾਥਿਓ ਸਟਾਲਿੰਗਰਾਡ ਦੀ ਲੜਾਈ ਸੀ ਸਟਾਲਿੰਗਰਾਡ ਟੈਕ ਕਰਨ ਵਾਲੇ 1 ਨੰਬਰ ਪਲੱਸ ਕਰੋ ਸਾਥਿਓ ਅਗਲਾ ਸਵਾਲ ਹੈਗਾ 47ਵਾਂ ਫੋਨੀ ਵਾਰ ਦੇ ਸਬੰਧ ਚ ਇੱਕ ਕਥਨਾ ਦੱਸਣਾਗਾ ਕਿਹੜਾ ਸਹੀ ਆਂਦੇ ਚੋਂ ਇੱਕ ਫੋਨੀ ਯੁੱਧ ਸ਼ਬਦ ਪੱਤਰਕਾਰਾਂ ਦੁਆਰਾ ਸੇਮੇ ਮਹੀਨੇ ਦੀ ਮਿਆਦ ਦਾ ਵਰਣਨ ਕਰਨ ਲਈ ਤਿਆਰ ਕੀਤਾ ਗਿਆ ਸੀ ਜਿਸ ਦੌਰਾਨ ਸਹਿਯੋਗੀ ਦੇਸ਼ਾਂ ਦੁਆਰਾ ਕੋਈ ਜ਼ਮੀਨੀ ਕਾਰਵਾਈ ਨਹੀਂ ਕੀਤੀ ਗਈ ਸੀ ਦੂਜਾ ਇਹ ਦੂਜੇ ਵਿੱਚ ਯੁੱਧ ਦਾ ਆਖਰੀ ਮਹੀਨਿਆਂ ਦਾ ਨਾਮ ਆ ਤਾਂ ਆਖਰੀ ਮਹੀਨਿਆਂ ਦਾ ਨਾਮ ਆ ਇਹਦੇ ਚ ਸਹੀ ਕਿਹੜਾਗਾ ਸਹੀ ਜਵਾਬ ਚੋਂ ਇੱਕ ਪਹਿਲਾ ਸਹੀ ਆ ਬੀ ਦੂਜਾ ਸਹੀ ਆ ਸੀ ਪਹਿਲਾ ਦੂਜਾ ਦੋਨੇ ਸਹੀ ਆ ਡੀ ਪਹਿਲਾ ਦੂਜਾ ਦੋਨਾਂ ਚ ਕੋਈ ਨਹੀਂ ਸਹੀ ਤਾਂ ਇਹਦੇ ਵਿੱਚੋਂ ਦੂਜਾ ਤਾਂ ਕਿਸੇ ਸਾਹਮਣੇ ਬਣਦੀ ਨਹੀਂਗਾ ਠੀਕ ਹੈ ਇਹ ਤਾਂ ਸਿੱਧਾ ਨਿਕਲ ਗਿਆ ਕੋਈ ਮਹੀਨੇ ਦਾ ਨਾਮ ਤਾਂ ਫੋਨੀ ਫਾਨੀ ਨਹੀਂ ਆਏਗਾ ਇਹ ਤਾਂ ਸਿੱਧਾ ਨਿਕਲ ਗਿਆ ਫਰਫੋਨੀ ਯੁੱਧ ਇਹ ਪੱਤਰਕਾਰਾਂ ਦੁਆਰਾ 6ਵੇਂ ਮਹੀਨੇ ਦੀ ਮਿਆਦ ਦਾ ਵਰਣਨ ਹਾਂ ਵਰਣਨ ਕਰਨ ਲਈ ਵਰਤਿਆ ਗਿਆ ਸੀ ਇਹ ਬਿਲਕੁਲ ਸਹੀ ਹੈ ਅਗਲਾ ਵੀ ਲਾਈਨ ਅਪ ਨੂੰ ਪੜ੍ਹਨੀ ਪਊ ਜਿਸ ਦੌਰਾਨ ਸਹਿਯੋਗੀ ਦੇਸ਼ਾਂ ਦੁਆਰਾ ਕੋਈ ਜ਼ਮੀਨੀ ਕਾਰਵਾਈ ਨਹੀਂ ਕੀਤੀ ਗਈ ਸੀ ਇਹ ਵੀ ਸਹੀ ਹੈ ਇਸ ਲਈ ਸਿਰਫ ਇੱਕ ਹੋ ਜਾਣਾ ਕੇ ਆ ਜਾਊਗਾ ਇੱਥੇ ਠੀਕ ਹੈ ਅਗਲਾ ਸਵਾਲ ਆਪਣਾ ਹੈਗਾ 48ਵਾਂ ਸੋਵੀਅਤ ਸੰਘ ਅਤੇ ਜਰਮਨੀ ਵਿਚਕਾਰ ਯੁੱਧ ਕਦੋਂ ਸ਼ੁਰੂ ਹੋਇਆ ਇਹ 22 20 20 20 20 ਮਈ 1940 ਬੀ 22 ਜੂਨ ਬੀ 22 ਜੂਨ 1941 ਸੀ 26 ਜੁਲਾਈ 1941 ਡੀ 16 ਅਗਸਤ 1942 ਤਾਂ ਸੋਵੀਅਤ ਸੰਘ ਤੇ ਜਰਮਨੀ ਵਿਚਕਾਰ ਜੁੱਧ ਕੰਨੋ ਸ਼ੁਰੂ ਹੋਇਆ ਸਾਥਿਓ ਇਹ ਹੋਇਆ ਸੀਗਾ ਸੋਵੀਅਤ ਮਤਲਬ ਰੂਸ ਤੇ ਜਰਮਨੀ ਵਿਚਕਾਰ ਤਾਂ ਇਹ ਹੋਇਆਗਾ 22 ਜੂਨ 1941 22 ਜੂਨ 1941 ਵੀ ਟੈਕ ਕਰਨ ਵਾਲੇ ਸਾਥੀ ਇੱਕ ਨੰਬਰ ਪਲੱਸ ਕਰ ਦਿਓ ਐਂਡ ਤੇ ਜਰੂਰ ਲਿਖਨੇ ਆਪਣੇ ਨੰਬਰ ਤੇ ਇੱਕ ਚੈਨਲ ਨੂੰ ਜਿਹੜੇ ਸਾਥੀਆਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਵੀ ਜਰੂਰ ਕਰੋ ਤੇ ਲਾਈਕ ਵੀ ਜਰੂਰ ਕਰਿਆ ਕਰੋ ਅਗਲਾ ਸਵਾਲ ਆਪਣਾ 49 ਪੰਜਾਬ ਦੇ ਜਿਹੜੇ ਆਪਾਂ ਕਰਾਏ ਹੋਇਆ ਸੋਰਸ ਆਫ ਸੋਰਸ ਆਫ ਪੰਜਾਬ ਹਿਸਟਰੀ ਆਪਾਂ ਇਸ ਤੇ ਲੈ ਕੇ ਆਏ ਆਂਗੇ ਤੇ ਉਹਦੇ ਵਿੱਚ ਅੱਜ ਸਵਾਲ ਬਣਾਇਆ ਆਪਾਂ ਗੰਡਾ ਸਿੰਘ ਦੀ ਕਿਤਾਬ ਦੇ ਵਿੱਚੋਂ 49 ਜੋਤ ਵਿਕਾਸ ਕਿਸ ਦੀ ਰਚਨਾ ਹੈ ਏ ਅਨੰਦ ਲਾਲ ਗੋਇਆ ਦੀ ਬੀ ਵਕਤਮਲ ਦੀ ਸੀ ਬੁੱਧ ਸਿੰਘ ਰੋੜਾ ਦੀ ਡੀ ਬੂਟੇ ਸਾਹਿਬ ਦੀ ਤਾਂ ਜੋਤ ਵਿਕਾਸ ਜੋਤ ਵਿਕਾਸ ਜੋਤ ਵਿਕਾਸ ਜਿਹੜੇ ਸਾਥੀਆਂ ਨੇ ਸਾਡੀ ਉਹ ਵੀਡੀਓ ਦੇਖੀ ਹੈਗੀ ਤਾਂ ਉਹਨਾਂ ਨੂੰ ਤਾਂ ਸਾਰਿਆਂ ਨੂੰ ਪਤਾ ਹੀ ਹੋਣਾਗਾ ਤਾਂ ਇਹ ਆ ਆਨੰਦ ਲਾਲ ਗੋਇਆ ਆਨੰਦ ਲਾਲ ਗੋਇਆ ਦੀ ਰਚਨਾ ਹੈਗੀ ਜੋਤ ਵਿਕਾਸ ਨੈਕਸਟ 50 ਸਵਾਲ ਖਾਲਸਾ ਨਾਮਾ ਕਿਸ ਦੀ ਰਚਨਾ A ਆਨੰਦ ਲਾਲ ਗੋਇਆ ਦੀ B ਬਖਤ ਮੱਲ ਦੀ C ਬੁੱਧ ਸਿੰਘ ਰੋੜਾ ਦੀ D ਬੁੱਟੇ ਸਾਹਿਬ ਦੀ ਤਾਂ ਉਹ ਆਪਾਂ ਇੱਕ ਥਿਉਰੀ ਟੈਪੀ ਕਰਵਾਇਆ ਹੋਇਆਗਾ ਸਿੱਧੀਆਂ ਆਪਾਂ ਕਿਤਾਬਾਂ ਦੱਸੀਆਂ ਨੇ ਤਾਂ ਉਹ ਕਿਤਾਬਾਂ ਜਿਹੜੀਆਂ ਨੇ ਸੁਣੀਆਂ ਉਹ ਹੁਣ ਰਿਵੀਜ਼ਨ ਹੀ ਹੋ ਰਹੀ ਆ ਆਪਾਂ ਨਾਲ ਨਾਲ ਰਿਵੀਜ਼ਨ ਵੀ ਕਰਵਾ ਰਹੇ ਹਾਂ ਜਿਹੜੀ ਆਪਾਂ ਥਿਊਰੀ ਕਰਾਣੇ ਹੁੰਦੇ ਨਾਲ ਨਾਲ ਆਪਾਂ ਜਿਹੜੇ ਟੈਸਟ ਸੀਰੀਜ਼ ਕਿ ਚਲਾਈ ਹੋਈ ਆ ਉਹਦੇ ਵਿੱਚ ਆਪਾਂ ਸਵਾਲ ਬਣਾ ਹੀ ਦਿੰਨੇ ਹੁੰਦੇ ਆਗੇ ਸਵਾਲ ਆਪਾਂ ਖੁਦ ਤਿਆਰ ਕਰਦੇ ਆਂਗੇ ਕੁਝ ਸਵਾਲ ਆਪਾਂ ਪੁਰਾਣੇ ਪੇਪਰਾਂ ਦੇ ਲੈ ਲੈਣੇ ਹੁੰਦੇ ਆਂ ਕੋਈ ਸਵਾਲ ਖੁਦ ਆਪਾਂ ਕਿਤਾਬਾਂ ਦੇ ਵਿੱਚੋਂ ਤਿਆਰ ਕਰਦੇ ਆਂ ਇਹ ਨੰਦ ਲਾਲ ਗੋਇਆ ਬੀ ਬਖਤਮਲ ਸੀ ਬੁੱਧ ਸਿੰਘ ਅਰੋੜਾ ਡੀ ਖਾਲਸਾ ਨਾਮਾ ਹੁਣ ਦੱਸਣੀ ਹੈ ਕਿਸ ਦੀ ਰਚਨਾ ਆਪਾਂ ਚਾਰ ਆਪਸ਼ਨਾਂ ਬੋਲੀ ਦਿੱਤੀਆਂ ਕਿਸ ਦੀ ਰਚਨਾ ਹੈ ਖਾਲਸਾ ਨਾਮਾ ਤਾਂ ਸਾਥੀਓ ਇਹ ਤੁਸੀਂ ਜੇ ਧਿਆਨ ਨਾਲ ਵੀਡੀਓ ਦੇਖਿਆ ਤਾਂ ਤੁਹਾਨੂੰ ਪਤੀ ਹੋਣਾਗਾ ਇੱਕ ਨ ਬਖਤਵਾਲ ਦੀ ਰਚਨਾ ਹੀ ਖਾਲਸਾ ਨਾਮ ਸਵਾਲ ਨੰਬਰ 51 ਇਹ ਲਿਖਿਆਂ ਵਿੱਚੋਂ ਕਿਹੜੇ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਕਪਾਹ ਹੈ ਹੁਣ ਭੂਗੋਲਿਕ ਵਿਸ਼ੇਸ਼ਤਾਵਾਂ ਤੋਂ ਆਇਆ ਵੀ ਕਿਹੜੇ ਜ਼ਿਲ੍ਹੇ ਸਭ ਤੋਂ ਵੱਧ ਕਪਾਹ ਦੀ ਪੈਦਾਵਾਰ ਹੈ A ਫਰੋਜਪੁਰ B ਹੁਸ਼ਿਆਰਪੁਰ C ਜਲੰਧਰ ਤੇ D ਬਠਿੰਡਾ ਤਾਂ ਇਹਦਾ C ਉੱਤਰ ਆਇਆ ਹੈਗਾ ਸਾਥੀਓ ਸਾਰਿਆਂ ਨੂੰ ਪਤਾ ਹੀ ਹੋਣਾ ਇਹ ਫਰੋਜਪੁਰ ਆਗਾ ਇੱਕ ਨੰਬਰ ਪਲੱਸ ਕਰੋ ਅਗਲਾ ਸਵਾਲ 52 ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਸੱਚਾ ਸੌਦਾ ਕਰਨ ਲਈ ਕਿਸ ਜਗ੍ਹਾ ਭੇਜਿਆ ਸੀ ਹੁਣ ਸੱਚਾ ਸੌਦਾ ਦੀ ਘਟਨਾ ਸਾਰਿਆਂ ਨੂੰ ਪਤਾ ਆਪਾਂ ਗੰਡਾ ਸਿੰਘ ਦੀ ਕਿਤਾਬ ਚੋਂ ਤਾਂ ਉਹਨੂੰ ਸਪੈਸ਼ਲੀ ਬਾਰ-ਬਾਰ ਬੋਲ ਕੇ ਦੱਸਿਆ ਸੀ ਕਿ ਇਹ ਪੁੱਛਿਆ ਜਾ ਸਕਦਾ ਏ ਸੁਲਤਾਨਪੁਰ ਲੋਧੀ ਬੀ ਚੂੜਕਾਣੇ ਡੀ ਸੀ ਤਲੁੰਬਾ ਤੇ ਡੀ ਬਟਾੜਾ ਤਾਂ ਸਾਥੀਓ ਹੁਣ ਫਿਰ ਸੱਚਾ ਸੌਦਾ ਕਰਨ ਕਿਹੜੀ ਜਗ੍ਹਾ ਭੇਜਿਆ ਸੀਗਾ ਮਹਿਤਾ ਕਾਲੂ ਜੀ ਨੇ ਉਹ ਭੇਜਿਆ ਸੀ ਇੱਕ ਨੰਬਰ ਪਲੱਸ ਕਰੋ ਜਿਹੜੇ ਸਾਥੀਆਂ ਸਾਡੀ ਵੀਡੀਓ ਦੇਖੀ ਹੈਗੀ ਗੁਰੂ ਨਾਨਕ ਸਾਹਿਬ ਤੇ ਗੰਡਾ ਸਿੰਘ ਦੀ ਕਿਤਾਬ ਤੇ ਆਪਾਂ ਵੀਡੀਓਜ਼ ਬਣਾਈਆਂ ਹੋਈਆਂ ਨੇ ਦੋ ਚੈਪਟਰ ਰਹਿ ਗਏ ਆਪਾਂ ਦ ਤਾਂ ਇਸ ਤੋਂ ਬਾਅਦ ਆਪਾਂ ਬਣਾਉਣੀਆਂ ਨੇ ਖੁਸ਼ਵੰਤ ਸਿੰਘ ਦੀ ਕਿਤਾਬ ਤੇ ਵੀ ਆਪਾਂ ਤੁਹਾਡੇ ਨਾਲ ਤੱਥ ਸਾਂਝੇ ਕਰਾਂਗੇ ਕੁਝ ਜਿਵੇਂ ਆਪਾਂ ਗੰਨਾ ਸਿੰਘ ਦੀ ਕਿਤਾਬ ਤੋਂ ਕਰ ਰਹੇ ਹਾਂ ਤਾਂ ਇਹ ਸੀ ਚੂੜਕਾਣੇ ਠੀਕ ਹੈ ਚੂੜਕਾਣੇ ਭੇਜਿਆ ਸੀ ਅਗਲਾ ਸਵਾਲ ਆਪਣਾ 53 ਗੁਰੂ ਨਾਨਕ ਸਾਹਿਬ ਨੇ ਕਿੰਨੀ ਸੌਰੀ ਇਹ ਪੂਰਾ ਡੈਪ ਹੋਇਆ ਕਿੰਨੀ ਤਾਰੀ ਕਾੜ ਗੱਡੀ ਸੀ ਮਤਲਬ ਰਵਾਬ ਕਿੰਨੀ ਤਾਰੀ ਰਵਾਬ ਦੀ ਗਾੜ ਗੱਡੀ ਸੀ ਇਹ ਰਵਾਬ ਆਉਣਾ ਸੀ ਇੱਥੇ ਕਿੰਨੀ ਤਾਰੀ ਰਵਾਬ ਦੀ ਗਾੜ ਗੱਡੀ ਸੀ ਗੁਰੂ ਨਾਨਕ ਸਾਹਿਬ ਨੇ ਮਰਦਾਨਾ ਉਹਨਾਂ ਦੇ ਨਾਲ ਸੀ ਮਰਦਾਨਾ ਵੀ ਆ ਸਕਦਾ ਠੀਕ ਹੈ ਤਾਂ A 5 ਤਾਰੀ B 6 ਤਾਰੀ ਅ ਬੀ 6 ਤਾਰੀ C 7 ਤਾਰੀ D 8 ਤਾਰੀ ਕਿੰਨੇ ਤਾਰਾਂ ਦੀ ਵਰਾਬ ਸੀ ਉਹ ਤਾਂ ਇਹ ਸਪੈਸ਼ਲੀ ਗੰਡਾ ਸਿੰਘ ਦੀ ਕਿਤਾਬ ਦੇ ਵਿੱਚੋਂ ਸਵਾਲ ਬਣਿਆ ਹੈਗਾ ਕਿਉਂਕਿ ਇਹ ਮੰਨੇ ਪਰਮੰਨੇ ਇਤਿਹਾਸਕਾਰ ਨੇ ਇਹਨਾਂ ਦੀਆਂ ਕਿਤਾਬਾਂ ਦੀ ਇਤਿਹਾਸ ਜਿਹੜੇ ਐਗਜ਼ਾਮੀਨਰ ਨੇ ਪੇਪਰ ਸੈੱਟ ਕਰਦੇ ਨੇ ਉਹ ਇਹ ਕਿਤਾਬਾਂ ਦੇ ਵਿੱਚ ਹੀ ਪੇਪਰ ਸੈੱਟ ਕਰਦੇ ਹੁੰਦੇ ਨੇ ਤੇ ਬਾਕੀ ਪੰਜਾਬ ਲੈਕਚਰਰ ਰੈਕਟਰ ਦਾ ਹਿਸਟਰੀ ਦਾ ਪੇਪਰ ਆ ਆ ਡੀਪਲੀ ਵਪ੍ਰੈਸ ਆਉਣਾ ਬਣ ਸਕਦਾ ਤਾਂ ਇਹਦਾ ਬਿਲਕੁਲ ਸੀ ਉਤਰ ਸਹੀ ਤਾਰੀ ਅਗਲਾ ਸਵਾਲ ਹੈਗਾ 54 ਗੁਰੂ ਅੰਗਦ ਸਾਹਿਬ ਦੇ ਵੱਡੇ ਪੁੱਤਰ ਦਾ ਕੀ ਨਾਮ ਸੀ ਏ ਦਾਤੂ ਬੀ ਦਾਸੂ ਸੀ ਮੋਹਨ ਡੀ ਮੋਹਰੀ ਤਾਂ ਹੁਣ ਗੁਰੂ ਅੰਗਦ ਸਾਹਿਬ ਦੇ ਗੁਰੂ ਅੰਗਦ ਸਾਹਿਬ ਦੇ ਗੁਰੂ ਅੰਗਦ ਸਾਹਿਬ ਦੇ ਦੋ ਮੁੰਡੇ ਸੀਗੇ ਸਾਥਿਆਂ ਨੂੰ ਪਤਾ ਹੀ ਆ ਇੱਕ ਨੰਬਰ ਪਲੱਸ ਕਰੋ ਜਿਹੜੇ ਸਾਥੀਆਂ ਨੇ ਦਾਸੂ ਥੋੜਾ ਛੋਟਾ ਸੀ ਤੇ ਦਾਤੂ ਵੱਡਾ ਸੀ ਆਪਾਂ ਵੱਡਾ ਪੁੱਛਿਆ ਗਿਆ ਇੱਥੇ ਅਗਲਾ ਸਵਾਲ ਆਪਣਾ 55 ਗੁਰੂ ਅਮਰਦਾਸ ਜੀ ਦੇ ਕਿਹੜੇ ਪੋਤਰੇ ਨੇ ਬਾਣੀ ਨੂੰ ਇਕੱਠਾ ਕੀਤਾ ਠੀਕ ਹੈ ਬਾਣੀ ਨੂੰ ਹੁਣ ਇਕੱਠਾ ਕਰਨ ਦਾ ਕੰਮ ਕਰਦਾ ਸੀ ਕਿ ਪੋਤਰ ਪੋਤਰਾ ਪੁੱਛਿਆ ਸੀ ਗੁਰੂ ਅਮਰਦਾਸ ਦਾ ਇਹ ਸਹੰਸਰਾਮ ਵੀ ਦਾਸੂ ਸੀ 모ਹਨ ਦੀ ਮੋਹਰੀ ਤਾਂ ਹੁਣ ਗੁਰੂ ਅਮਰਦਾਸ ਜੀ ਦਾ ਪੋਤਰਾ ਕਿਹੜਾ ਸੀਗਾ ਇਹ ਸਪੈਸ਼ਲੀ ਡਾਕਟਰ ਗੰਡਾ ਸਿੰਘ ਦੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਹੈਗਾ ਮੈਂਸ਼ਨ ਆ ਨਾਮ ਤਾਂ ਉਹ ਹੈਗਾ ਸਹੰਸਰਾਮ ਸਹੰਸਰਾਮ ਇਹ ਸਹੀ ਹੋ ਜਾਂਦਾ ਇੱਕ ਨੰਬਰ ਪਲੱਸ ਕਰੋ ਸਹੰਸਰਾਮ ਲਾਉਣਗੇ ਅਗਲਾ ਸਵਾਲ 5 ਗੁਰੂ ਰਾਮਦਾਸ ਜੀ ਕਿੱਥੇ ਜੁਤੀ ਜੁਤ ਸਮਾਏ ਏ ਖੰਡੂਰ ਸਾਹਿਬ ਬੀ ਗੋਇੰਦਵਾਲ ਸਾਹਿਬ ਸੀ ਅੰਮ੍ਰਿਤਸਰ ਸਾਹਿਬ ਡੀ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਗੁਰੂ ਰਾਮਦਾਸ ਜੀ ਜੁਤੀ ਜੁਤ ਸਮਾਏ ਸੀ ਇਹ ਸਮਾਏ ਸੀ ਗੋਇੰਦਵਾਲ ਵਿਖੇ ਗੋਇੰਦਵਾਲ ਵਿਖੇ ਕਿੱਥੇ ਗੋਇੰਦਵਾਲ ਵਿਖੇ ਅਗਲਾ ਸਵਾਲ ਆਪਣਾ 55 ਗੁਰੂ ਅਰਜਨ ਸਾਹਿਬ ਨੇ ਤਰਨ ਤਾਨ ਦੀ ਨੀ ਕਦੋਂ ਰੱਖੀ A 1590 B 1591 C 1592 D 1594 ਤੱਕ ਕਦੋਂ ਰੱਖੀ ਸੀ ਤਰਨ ਤਾਨ ਦੀ ਨਹੀਂ ਤਰਨ ਤਾਨ ਦੀ ਨਹੀਂ 1590 ਦੇ ਵਿੱਚ A ਸਹੀ ਹੋ ਜਾਂਦਾ 1 ਨੰਬਰ ਪਲੱਸ ਕਰੋ 1590 ਚ ਅਗਲਾ ਸਵਾਲ 58 ਡਾਕਟਰ ਗੰਡਾ ਸਿੰਘ ਅਨੁਸਾਰ ਸੱਚਾ ਪਾਤਸ਼ਾਹੀ ਦੀ उपाधि ਕਿਸ ਗੁਰੂ ਨੇ ਧਾਰਨ ਕੀਤੀ A ਗੁਰੂ ਨਾਨਕ ਸਾਹਿਬ ਨੇ B ਗੁਰੂ ਆਰਾਮਦਾਸ ਸਾਹਿਬ ਨੇ C ਗੁਰੂ ਅਰਜਨ ਸਾਹਿਬ ਨੇ ਦੀ ਗੁਰੂ ਹਰਗੋਬਿੰਦ ਸਾਹਿਬ ਨੇ ਸਪੈਸ਼ਲੀ ਆਪਾਂ ਮੈਂਸ਼ਨ ਕਰਤਾ ਗੰਡਾ ਸਿੰਘ ਅਨੁਸਾਰ ਠੀਕ ਹੈ ਇਹ ਸੱਚਾ ਪਾਤਸ਼ਾਹ ਦੀ ਉਪਾਧੀ ਕਿਹਨੇ ਧਾਰਨ ਕੀਤੀ ਹੈ ਪਾਈ ਕੀਤੀ ਆ ਸਾਥੀਓ ਇੱਕ ਨੰਬਰ ਪਲੱਸ ਕਰਦੇ ਚਲੋ ਜਿਹੜੇ ਸਾਥੀਆਂ ਲਾਇਆ ਗੁਰੂ ਹਰਗੋਬਿੰਦ ਸਾਹਿਬ ਅਗਲਾ ਸਵਾਲ ਆਪਣਾ 59 ਗੁਰੂ ਹਰ ਰਾਏ ਜੀ ਦਾ ਜਨਮ ਕਿੱਥੇ ਹੋਇਆ ਸੀ A ਅੰਮ੍ਰਿਤਸਰ ਸਾਹਿਬ B ਕਰਤਾਰਪੁਰ ਸਾਹਿਬ C ਕੀਰਤਪੁਰ ਸਾਹਿਬ D ਹਰਗੋਬਿੰਦਪੁਰ ਸਾਹਿਬ ਇਹਦੇ ਟਾਈਮ ਨਹੀਂ ਖਰਾਬ ਕਰਦੇ ਆਪਾਂ 1 ਨੰਬਰ ਪਲੱਸ ਕਰ ਲਓ ਤਾਂ ਗੁਰੂ ਹਰ ਰਾਏ ਹਰ ਰਾਏ ਇਹਨਾਂ ਦਾ ਜਨਮ ਹਸ ਕੀਰਤਪੁਰ ਕੀਰਤਪੁਰ 'ਚ ਜਨਮ ਹੋਇਆ ਤਾਂ ਕੀਰਤਪੁਰ 'ਚ ਹੀ ਜੋਤੀ ਜੋਤ ਸਮਾਏ ਸੀ ਇਹ ਤੱਥ ਯਾਦ ਰੱਖਣਾ ਜੋਤੀ ਜੋਤ ਸਮਾਏ ਠੀਕ ਹੈ ਇੱਕ ਹੋਰ ਗੁਰੂ ਨੇ ਜਿਹੜੇ ਉੱਥੇ ਉਹਨਾਂ ਦਾ ਜਨਮ ਹੁੰਦਾ ਤੇ ਉੱਥੇ ਜੋਤੀ ਜੋਤ ਸਮਾਉਂਦੇ ਐ ਕੌਣ ਨੇ ਉਹ ਕਮੈਂਟ ਬਾਕਸ 'ਚ ਜ਼ਰੂਰ ਲਿਖਣਾ ਅਗਲਾ ਸਵਾਲ ਆਪਣਾ 60ਵਾਂ ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਵਿਖੇ ਕਿਸ ਕੋਲ ਠਹਿਰੇ ਸੀ ਵੀ ਜਦੋਂ ਉੱਥੇ ਬੁਲਾਏ ਸੀਗੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਬਾਲ ਗੁਰੂ ਕਹੇ ਜਾਂਦੇ ਆ ਹਰਿਕ੍ਰਿਸ਼ਨ ਜੀ ਤਾਂ ਉਹ ਕਿੰਨਾਂ ਕੋਲੇ ਠਹਿਰੇ ਸੀ A ਮਿਰਜ਼ਾ ਰਾਜਾ ਜੈ ਸਿੰਘ B ਮਿਰਜ਼ਾ ਰਾਜਾ ਉਦੇਸ਼ ਸਿੰਘ C ਉਪਰੋਕਤ ਦੋਨੋਂ D ਦੋਨਾਂ ਵਿੱਚੋਂ ਕੋਈ ਨਹੀਂ ਦੋ ਗੁਰੂ ਇਹਨਾਂ ਕੋਲੇ ਠਹਿਰੇ ਸੀਗੇ ਤਾਂ ਇਹ ਠਹਿਰੇ ਸੀਗੇ ਮਿਰਜ਼ਾ ਰਾਜਾ ਜੈ ਸਿੰਘ ਕੋਲੇ A ਸਹੀ ਹੋ ਜਾਂਦਾ 1 ਨੰਬਰ ਪਲੱਸ ਕਰੋ ਅਗਲਾ ਸਵਾਲ ਆਪਣਾ 61 ਗੁਰਤੇਗ ਬਹਾਦਰ ਨੂੰ ਬਕਾਲੇ ਵਿਖੇ ਮਿਲਣ ਵਾਲਾ ਵਪਾਰੀ ਮੱਖਣਸਾਹ ਲਵਾਨਾ ਜਿਹੜਾ ਕਹਿੰਦਾ ਸੀ ਗੁਰੂ ਲਾਧੋਰੇ ਗੁਰੂ ਲਾਧੋਰੇ ਉਹ ਕਿੱਥੋਂ ਦਾ ਮਸੰਦ ਸੀ ਮੱਖਣਸਾਹ ਲਵਾਨਾ A ਕਾਠਿਆਵੜ ਗੁਜਰਾਤ ਦਾ B ਲੋਥਲ ਗੁਜਰਾਤ ਦਾ C ਨੰਦੇੜ ਮਹਾਰਾਸ਼ਟਰ ਦਾ D ਉਪਰੋਕਤ ਵਿੱਚੋਂ ਕੋਈ ਨਹੀਂ ਕਿੱਥੋਂ ਦਾ ਮਸੰਦ ਸੀ ਸਪੈਸ਼ਲੀ ਮਸੰਦ ਤਾਂ ਆਪਾਂ ਗੰਡਾ ਸਿੰਘ ਦੀ ਕਿਤਾਬ ਪੜਾਉਂਦੇ ਹੋਏ ਚਰਚਾ ਕੀਤੀ ਸੀ ਵੀ ਕਿੱਥੋਂ ਦਾ ਸੀ ਇਹ ਵੀ ਸਵਾਲ ਬਣ ਸਕਦਾ ਤਾਂ ਇਹ ਸੀਗਾ ਕਾਠਿਆਵੜ ਗੁਜਰਾਤ ਦਾ ਇਤੋਂ ਦਾ ਮਸੰਦ ਸੀਗਾ ਵਪਾਰੀ ਸੀਗਾ ਇਹ ਮਸੰਦ ਅਗਲਾ ਸਵਾਲ ਆਪਣਾ 66ਵਾਂ ਗੁਰੂ ਗੋਬਿੰਦ ਸਿੰਘ ਨੇ ਕਿਹੜਾ ਕਿਲਾ ਬਣਾਇਆ ਇਹ ਆਨੰਦਗੜ੍ਹ ਦਾ ਵੀ ਲੋਹਗੜ੍ਹ ਦਾ ਸੀ ਕੇਸਗੜ੍ਹ ਤੇ ਫਤੇਗੜ੍ਹ ਦਾ ਡੀ ਉਪਰੋਕਤ ਸਾਰੇ ਤਾਂ ਕਿਹੜਾ ਕਿਲਾ ਬਣਾਇਆ ਸੀ ਇਹ ਵੀ ਆਪਾਂ ਬਹੁਤ ਚੰਗੀ ਤਰ੍ਹਾਂ ਤੁਹਾਨੂੰ ਦੱਸਿਆ ਸੀ ਕਿ ਵੱਖ-ਵੱਖ ਕਿਲੇ ਬਣਾਏ ਸੀ ਆਨੰਦਗੜ੍ਹ ਦਾ ਵੀ ਬਣਾਇਆ ਲੋਹਗੜ੍ਹ ਦਾ ਵੀ ਬਣਾਇਆ ਕੇਸਗੜ੍ਹ ਦਾ ਵੀ ਬਣਾਇਆ ਫਤਿਹਗੜ੍ਹ ਦਾ ਵੀ ਫਿਰ ਡੀ ਸਾਰਾ ਸਦਾ ਸਹੀ ਹੋ ਜਾਂਦਾ ਸਾਰੇ ਬਣਾਏ ਆਨੰਦਗੜ੍ਹ ਲੋਹਗੜ੍ਹ ਕੇਸਗੜ੍ਹ ਤੇ ਫਤਿਹਗੜ੍ਹ ਇਹ ਯਾਦ ਰੱਖਿਓ ਸਕਰੀਨਸ਼ਾਟ ਲੈ ਲਓ ਸਾਥਿਓ ਅਗਲਾ ਸਵਾਲ ਆਪਣਾ 63ਵਾਂ ਬੰਦਾ ਸਿੰਘ ਬਹਾਦਰ ਨੇ ਆਪਣੇ ਸਲਾਹਕਾਰ ਬਾਦ ਸਿੰਘ ਨੂੰ ਕਿੱਥੋਂ ਦਾ ਗਵਰਨਰ ਨਿਯੁਕਤ ਕੀਤਾ ਬਾਦ ਸਿੰਘ ਉਹਦਾ ਸਲਾਹਕਾਰ ਸੀਗਾ ਉਹਨੂੰ ਗਵਰਨਰ ਨਿਯੁਕਤ ਕੀਤਾ ਸੀ ਕਿੱਥੋਂ ਦਾ ਏ ਸਹਿੰਦ ਦਾ ਬੀ ਸਮਾਣੇ ਦਾ ਸੀ ਸੋਨੀਪੱਤ ਦਾ ਡੀ ਥਨੇਸਰ ਦਾ ਤਾਂ ਬਾਦ ਸਿੰਘ ਨੂੰ ਕਿੱਥੋਂ ਦਾ ਗਵਰਨਰ ਨਿਯੁਕਤ ਕੀਤਾ ਸੀ ਉਹ ਕੀਤਾ ਸੀ ਸਰਹਿੰਦ ਦਾ ਤਾਂ ਨਾਇਬ ਸੂਬੇਦਾਰ ਕਿਹਨੂੰ ਕੀਤਾ ਸੀ ਸਰਹਿੰਦ ਦਾ ਇਹ ਤੁਸੀਂ ਕਮੈਂਟ ਬਾਕਸ ਚ ਦੱਸਣਾ ਤੇ ਜਿਹੜਿਆਂ ਨੂੰ ਨਹੀਂ ਪਤਾ ਤਾਂ ਉਹ ਬੰਦਾ ਸਿੰਘ ਬਹਾਦਰ ਤੇ ਆਪਣਾ ਸਪੈਸ਼ਲ ਵੀਡੀਓ ਬਣਾਈ ਹੋਈ ਆ ਗੰਡਾ ਸਿੰਘ ਤੇ ਪ੍ਰਿੰਸੀਪਲ ਤੇਜ ਤੇਜਾ ਸਿੰਘ ਦੀ ਕਿਤਾਬ ਦੇ ਵਿੱਚ ਤਾਂ ਉਹ ਕਿਤਾਬ ਵਾਲੀਆਂ ਵੀਡੀਓ ਤੁਸੀਂ ਦੇਖ ਸਕਦੇ ਹੋ ਆਪਣੀਆਂ ਪੰਜਾਂ ਨੇ 10-12 ਵੀਡੀਓ ਨੇ ਅਗਲਾ ਸਵਾਲ 64ਵਾਂ ਪੰਜਾਬ ਵਿੱਚ ਜ਼ਿਮੀਦਾਰੀ ਪ੍ਰਥਾ ਨੂੰ ਕਿਸ ਨੇ ਸਮਾਪਤ ਕੀਤਾ ਏ ਜੱਸਾ ਸਿੰਘ ਆਲੂਵਾਲੀਆ ਬੀ ਬੰਦਾ ਸਿੰਘ ਬਹਾਦਰ ਸੀ ਜੱਸਾ ਸਿੰਘ ਰਾਮਗੜੀਆ ਡੀ ਮਹਾਰਾਜ ਰਣਜੀਤ ਸਿੰਘ ਜ਼ਿਮੀਦਾਰੀ ਪ੍ਰਥਾ ਮਤਲਬ ਜ਼ਗੀਰਦਾਰੀ ਪ੍ਰਥਾ ਨੂੰ ਕਿਹਨੇ ਖਤਮ ਕੀਤਾ ਸੀ ਤੇ ਵਾਹੀ ਵਾਲੇ ਵਾਹੀ ਕਰਨ ਵਾਲੇ ਕਿਸਾਨਾਂ ਨੂੰ ਉਹਨੇ ਜ਼ਮੀਨਾਂ ਦਿੱਤੀਆਂ ਸੀ ਆਮ ਮਜ਼ਦੂਰਾਂ ਨੂੰ ਜ਼ਮੀਨਾਂ ਦਿੱਤੀਆਂ ਠੀਕ ਹੈ ਤੇ ਜਿਹੜੇ ਵਾਹੀ ਕਰ ਰਹੇ ਸੀ ਬੰਦਾ ਸਿੰਘ ਬਹਾਦਰ ਨੇ ਕਿਹਨੇ ਬੰਦਾ ਸਿੰਘ ਬਹਾਦਰ ਨੇ 1 ਨੰਬਰ ਪਲੱਸ ਕਰੋ ਬੰਦਾ ਸਿੰਘ ਬਹਾਦਰ ਨੇ ਅਗਲਾ ਸਵਾਲ 65ਵਾਂ ਅਬਦੁੱਸ ਸੰਦਖਾ ਬੰਦਾ ਸਿੰਘ ਬਹਾਦਰ ਅਤੇ ਉਸਦੇ ਸਾਥੀਆਂ ਨੂੰ ਪਹਿਲਾਂ ਅਬਦੁੱਸ ਸੰਦਖਾ ਬੰਦਾ ਸਿੰਘ ਬਹਾਦਰ ਤੇ ਉਹਦੇ ਸਾਥੀਆਂ ਨੂੰ ਪਹਿਲਾਂ ਕਿੱਥੇ ਲੈ ਗਿਆ ਸੀ ਸਭ ਤੋਂ ਪਹਿਲਾਂ ਕਿੱਥੇ ਲੈ ਗਿਆ A ਕਸ਼ਮੀਰ ਚ ਲੈ ਗਿਆ ਸੀ B ਮਲਤਾਨ ਚ ਲੈ ਗਿਆ ਸੀ ਗੁਰਦਾਸ ਨਗਲ ਤੋਂ ਜਦੋਂ ਫੜਲੇ ਸੀ C ਲਾਹੌਰ ਲੈ ਗਿਆ ਸੀ D ਦਿੱਲੀ ਕਿੱਥੇ ਲੈ ਗਿਆ ਸੀ ਅਬਦੁੱਸ ਸੰਦਖਾ ਪਹਿਲੀ ਗੱਲ ਤਾਂ ਇਹ ਬੁढ़ा ਹੋਇਆ ਪਿਆ ਸੀ ਉਸ ਟਾਈਮ ਬਹੁਤ ਜ਼ਿਆਦਾ ਬਜ਼ੁਰਗ ਹੋ ਗਿਆ ਸੀ ਬੁੱਢਾ ਹੋ ਗਿਆ ਸੀ ਅਬਦੁੱਸ ਸੰਦਖਾ ਜਦੋਂ ਬੰਦਾ ਸਿੰਘ ਬਹਾਦਰ ਨੂੰ ਫੜਿਆ ਤਾਂ ਲੈ ਕਿੱਥੇ ਗਿਆ ਸੀ ਇਹ ਲੈ ਗਿਆ ਸੀਗਾ 1 ਨੰਬਰ ਪਲੱਸ ਕਰੋ ਸਾਥੀਓ ਜਿਹੜਾ ਨੇ ਲਾਇਆ ਲਾਹੌਰ ਲਾਹੌਰ ਲੈ ਗਿਆ ਸੀ ਲਾਹੌਰ ਤੋਂ ਬਾਅਦ ਫਿਰ ਇਸ ਤੋਂ ਬਾਅਦ ਦਿੱਲੀ ਲੈ ਕੇ ਜਾਂਦੇ ਆ ਅਗਲਾ ਸਵਾਲ ਛਾੜਮਾ ਡਾਕਟਰ ਗੰਡਾ ਸਿੰਘ ਤੇ ਪ੍ਰਿੰਸੀਪਲ ਤੇਜਾ ਸਿੰਘ ਅਨੁਸਾਰ ਤਤ ਖਾਲਸਾ ਵਾਲੇ ਡੈਸ਼ ਖਾਂਦੇ ਸਨ ਜਾਂ ਡੈਸ਼ ਸਨ ਏ ਸਰਕ ਹਰੀਸਨ ਬੀ ਮਸਾਹਰੀਸਨ ਡੀ ਸਰਵਸੀ ਸਰਵਹਰੀਸਨ ਡੀ ਕੋਈ ਨਹੀਂ ਸੀ ਇਹਨਾਂ ਚੋਂ ਤਾਂ ਇਹਨਾਂ ਦੀ ਕਿਤਾਬ ਦੇ ਵਿੱਚ ਸਪੈਸ਼ਲੀ ਆਇਆ ਤਾਂ ਕੀ ਸੀਗੇ ਤਤ ਖਾਲਸਾ ਵਾਲੇ ਤਤ ਖਾਲਸਾ ਵਾਲੇ ਸਾਥੀਓ ਗੰਦਰ ਸਿੰਘ ਦੇ ਪ੍ਰਿੰਸੀਪਲ ਤੇਜ ਸਿੰਘ ਦੀ ਕਿਤਾਬ ਚ ਲਿਖਿਆ ਉਹ ਸੀਗੇ ਮਾਸਾਹਾਰੀ ਤੇ ਜਿਹੜੇ ਬੰਦਾ ਹੀ ਖਾਲਸਾ ਸੀਗੇ ਬੰਦਈ ਖਾਲਸਾ ਸੀਗੇ ਜਿਹੜੇ ਉਹ ਕੀ ਸੀਗੇ ਉਹ ਸਾਕਾਹਾਰੀ ਸੀ ਬੰਦਾ ਹੀ ਖਾਲਸਾ ਸਾਕਾਹਾਰੀ ਸੀ ਤੇ ਤਤ ਖਾਲਸਾਲੇ ਮਾਸਾਹਾਰੀ ਸੀ ਅਗਲਾ ਸਵਾਲ 67ਵਾਂ ਸਰਬਤ ਖਾਲਸਾ ਕਦੋਂ ਬੁਲਾਇਆ ਜਾਂਦਾ ਸੀ ਏ ਦਿਵਾਲੀ ਦੇ ਮੌਕੇ ਬੀ ਵਿਸਾਖੀ ਦੇ ਮੌਕੇ ਸੀ ਉਪਰੋਕਤ ਦੋਵੇਂ ਡੀ ਉਪਰੋਕਤ ਦੋਵਾਂ ਵਿੱਚੋਂ ਕੋਈ ਨਹੀਂ ਤਾਂ ਕਦੋਂ ਬੁਲਾਇਆ ਜਾਂਦਾ ਸੀ ਸਰਬਤ ਖਾਲਸਾ ਜਦੋਂ ਗੁਰਮਤਾ ਸੰਸਥਾ ਹੁੰਦੀ ਸੀ ਸਰਬਤ ਖਾਲਸਾ ਸੰਪੂਰਨ ਖਾਲਸੇ ਦੀ ਇਕੱਤਰਤਾ ਕੀਤੀ ਜਾਂਦੀ ਸੀ ਕਦੋਂ ਕੀਤੀ ਜਾਂਦੀ ਸੀ ਤਾਂ ਇਹ ਕੀਤੀ ਜਾਂਦੀ ਸੀ દિਵਾਲੀ ਤੇ ਵਿਸਾਖੀ ਦੋਨਾਂ ਦੇ ਮੌਕੇ ਸੀ ਸਹੀ ਹੋ ਜਾਂਦਾ ਅਗਲਾ ਸਵਾਲ ਆਪਣਾ 68ਵਾਂ ਚਰਨਪਾਲ ਦੀ ਪ੍ਰਥਾ ਕਿਸ ਨੇ ਸਮਾਪਤ ਕੀਤੀ A ਗੁਰੂ ਰਾਮਦਾਸ ਸਾਹਿਬ ਨੇ B ਗੁਰੂ ਅਰਜਨ ਸਾਹਿਬ ਨੇ C ਗੁਰੂ ਹਰਗੋਬਿੰਦ ਸਾਹਿਬ ਨੇ D ਗੁਰੂ ਗੋਬਿੰਦ ਸਿੰਘ ਨੇ ਜਿਹੜੀ ਚਰਨ ਪਾਹੁਲ ਦੀ ਪ੍ਰਸਾਹ ਸਮਾਪਤ ਕੀਤੀ ਸੀ ਇੱਕ ਨੰਬਰ ਪਲੱਸ ਕਰ ਲੋ ਗੁਰੂ ਗੋਬਿੰਦ ਸਿੰਘ ਨੇ ਕੀਤੀ ਸੀ ਖਤਮ ਤੇ ਇਸ ਤੋਂ ਬਾਅਦ ਉਹਨਾਂ ਨੇ ਆ ਬਾਟੇ ਵਾਲਾ ਅਮਰਤਸਰ ਕਾਉਂ ਦੀ ਪ੍ਰਸਾਹ ਸ਼ੁਰੂ ਕੀਤੀ ਸੀ ਠੀਕ ਹੈ 69ਵਾਂ ਸਵਾਲ ਬਚਪਨ ਵਿੱਚ ਰਣਜੀਤ ਸਿੰਘ ਕਿਹੜੀ ਬਿਮਾਰੀ ਦਾ ਸ਼ਕਾਰ ਹੋਇਆ ਸੀ A ਡੀ ਟੀਵੀ ਬੀ ਚੇਚਕ ਸੀ ਕਾਲਾ ਪੀਲੀਆ ਤੇ ਡੀ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਬਚਪਨ ਚ ਸਾਰਿਆਂ ਨੂੰ ਪਤਾ ਹੁੰਦੀ ਇੱਕ ਅੱਖ ਤੋਂ ਥੋੜਾ ਜਿਹਾ ਕਾਣਾ ਜਿਹਾ ਹੋਗਾ ਸੀ ਉਹ ਤਾਂ ਉਹ ਚੇਚਕ ਹੋ ਗਈ ਸੀ ਉਹਨੂੰ ਅਗਲਾ ਸਵਾਲ ਆਪਣਾ 70ਵਾਂ ਜਰਨਲ ਅਲਾਰਡ ਕਿਹੜੇ ਦੇਸ਼ ਦਾ ਰਹਿਣ ਵਾਲਾ ਸੀ ਏ ਫਰਾਂਸ ਬੀ ਪੁਰਤਗਾਲ ਸੀ ਇੰਗਲੈਂਡ ਡੀ ਸਪੇਨ ਤਾਂ ਕਾਪੀਆਂ ਦੇ ਵਿੱਚ ਮੈਂ ਦੱਸਿਆ ਹੋਇਆ 1 2 3 4 ਐਸ ਐ ਹੁਣ ਆਪਣੀ ਸੀਰੀਜ਼ ਚ ਪਹਿਲੇ ਬਣਾ ਲਿਆ ਕਰੋ ਏ ਬੀ ਸੀ ਸਾਰਾ ਇਹਦੇ ਨਾਲ ਲਿਖਦੇ ਚੱਲਿਆ ਕਰੋ ਐਂਡ ਤੇ ਆਪਣੇ ਨੰਬਰ ਜ਼ਰੂਰ ਲਿਖਨੇ ਆ 5 ਸਵਾਲ ਰਹਿ ਗਏ ਆਪਣੇ ਤਾਂ ਇਹ ਸੀਗਾ ਜਰਨਲ ਅਲਾਰਡ ਦੇ ਬਤੂਰਾ ਇੱਕ ਬਤੂਰਾ ਸੀ ਇਹ ਦੋਨੇ ਫਰਾਂਸ ਦੇ ਸੀਗੇ ਠੀਕ ਹੈ ਅਗਲਾ ਸਵਾਲ ਆਪਣਾ 71ਵਾਂ ਪੰਜਾਬੀ ਸੂਬੇ ਦਾ ਮੋਢੀ ਕੌਣ ਸੀਗਾ ਕੌਣ ਹੈ ਸੀ ਐਚ ਸੀ ਆਉਣਾ ਸੀ ਹੈ ਨਹੀਂ ਸੀ ਏ ਮਾਸਟਰ ਦਾਰਾ ਸਿੰਘ ਬੀ ਮਾਸਟਰ ਕਪੂਰ ਸਿੰਘ ਸੀ ਮਾਸਟਰ ਅਕੇਸ਼ ਸਿੰਘ ਡੀ ਮਾਸਟਰ ਮੋਹਨ ਸਿੰਘ ਤੇ ਸਾਰੇ ਸਾਥੀਆਂ ਨੂੰ ਪਤਾ ਹੈ ਇੱਕ ਨੰਬਰ ਪਲੱਸ ਕਰੋ ਮਾਸਟਰ ਦਾਰਾ ਸਿੰਘ ਅਗਲਾ ਸਵਾਲ ਆਪਣਾ 72ਵਾਂ ਪੰਜਾਬੀ ਸੂਬੇ ਦਾ ਗਠਨ ਕਿਹੜੇ ਕਮਿਸ਼ਨ ਅਧੀਨ ਹੋਇਆ ਸੀ ਏ ਧਰ ਕਮਿਸ਼ਨ ਬੀ ਸਾਹ ਕਮਿਸ਼ਨ ਸੀ ਪੰਜਾਬੀ ਸੂਬਾ ਕਮਿਸ਼ਨ ਡੀ ਕੋਈ ਨਹੀਂ ਇਹਨਾਂ ਚੋਂ ਤਾਂ ਪੰਜਾਬੀ ਸੂਬੇ ਦਾ ਗਠਨ 1966 ਦੇ ਵਿੱਚ ਹੋਇਆ ਤਾਂ ਇਹ ਹੋਇਆ ਸੀ ਸਾਹ ਕਮਿਸ਼ਨ ਦੇ ਵਿੱਚ ਨੰਬਰ ਅਗਲਾ ਸਵਾਲ ਆਪਣਾ 73ਵਾਂ ਪੈਰੋਵਾਲ ਦੀ ਸੰਧੀ ਅਨੁਸਾਰ ਰਾਣੀ ਜਿੰਦਾ ਨੂੰ ਪੈਨਸਰ ਵਜੋਂ ਹੇਠ ਲਿਖੇ ਕਿਸ ਥਾਂ ਤੇ ਭੇਜਿਆ ਸੀ ਪੈਨਸ਼ਨਰ ਇਹ ਮਾਡਲੇ ਭੇਜਤਾ ਸੀ ਵੀ ਬਨਾਰਸ ਭੇਜਿਆ ਸੀ ਸੀ ਕੋਚਨ ਭੇਜਿਆ ਸੀ ਡੀ ਗਵਾਲੀਅਰ ਕਿੱਥੇ ਭੇਜਿਆ ਸੀ ਰਾਣੀ ਜਿੰਦਾ ਨੂੰ ਤਾਂ ਇਹ ਭੇਜਿਆ ਸੀ 1 ਨੰਬਰ ਪਲੱਸ ਕਰ ਲੋ ਸਾਥੀਓ ਬਨਾਰਸ ਦੇ ਵਿੱਚ 76ਵਾਂ ਸਵਾਲ ਮਲਤਾਨ ਦੀ ਲੜਾਈ ਕਦੋਂ ਹੋਈ ਸੀ ਏ 22 ਜਨਵਰੀ 1848 ਬੀ 22 ਜਨਵਰੀ 1849 ਸੀ 22 ਫਰਵਰੀ 1848 ਡੀ 22 ਫਰਵਰੀ 1849 ਮਲਤਾਨ ਦੀ ਲੜਾਈ ਚਾਰ ਲੜਾਈਆਂ ਹੋਈਆਂ ਸੀ ਦੂਜੇ ਐਂਗਲੋ ਸਿੱਖ ਯੁੱਧ ਦੇ ਦੌਰਾਨ ਤਾਂ ਇਹ ਤੀਜੀ ਲੜਾਈ ਸੀ ਇਹ ਹੋਈ ਸੀ 22 ਜਨਵਰੀ 1859 ਨੂੰ 22 ਜਨਵਰੀ 1859 ਨੂੰ ਅਗਲਾ ਸਵਾਲ ਆਪਣਾ 75ਵਾਂ ਤੇ ਲਾਸਟ ਸਵਾਲ 1849 ਤੋਂ 1853 ਤੱਕ ਪੰਜਾਬ ਦਾ ਸ਼ਾਸਨ ਪ੍ਰਬੰਧ ਕਿਸ ਦੇ ਹੱਥਾਂ ਵਿੱਚ ਰਿਹਾ A ਕਾਉਂਸਲ ਆਫ ਰੀਜੈਂਸੀ B ਪ੍ਰਸ਼ਾਸਨਿਕ ਬੋਰਡ C ਚਾਲਿਸ਼ਾ ਤੇ D ਉਪਰੋਕਤ ਦੋਨਾਂ ਵਿੱਚੋਂ ਦੋਨਾਂ ਵਿੱਚੋਂ ਕੋਈ ਨਹੀਂ ਜਾਂ ਕੋਈ ਕੋਈ ਨਹੀਂ ਕੋਈ ਨਹੀਂ ਕਰ ਦਿਓ ਯਾਰ ਨਹੀਂ ਕਰ ਦਿਓ ਠੀਕ ਹੈ 49 ਤੋਂ 53 ਫਿਰ 53 ਦੇ ਵਿੱਚ ਪ੍ਰਸ਼ਾਸਨਿਕ ਬੋਰਡ ਖਤਮ ਕਰ ਦਿੱਤਾ ਜਾਂਦਾ ਤਾਂ ਇੱਕ ਪ੍ਰਸ਼ਾਸਨਿਕ ਬੋਰਡ ਹੈ ਪ੍ਰਸ਼ਾਸਨਿਕ ਬੋਰਡ ਠੀਕ ਹੈ ਤੇ ਪਹਿਲਾ ਚੀਫ ਕਮਿਸ਼ਨਰ ਕੌਣ ਬਣਾਇਆ ਜਾਂਦਾ ਪੰਜਾਬ ਦਾ ਇਹ ਤੁਸੀਂ ਕਮੈਂਟ ਬਾਕਸ ਵਿੱਚ ਦੱਸਣਾ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਤੇ ਇਸੇ ਸਾਥੀਓ 75 ਸਵਾਲ ਜਿਹੜੇ ਸਾਥੀਆਂ ਨੂੰ ਸਾਡੀ ਇਹ ਸੀਰੀਜ਼ ਚੰਗੀ ਲੱਗ ਰਹੀ ਆ ਤੇ ਚਾਹਣਿਓ ਲਗਾਤਾਰ ਇਹ ਸੀਰੀਜ਼ ਆਪਾਂ ਲੈ ਕੇ ਆਈਏ ਤਾਂ ਆਪਾਂ ਤੁਹਾਨੂੰ ਪਹਿਲੇ ਐਲਾਨ ਕਰਤਾ ਵੀ ਕਿ ਆਪਾਂ 20 ਦਿਨ ਰਹਿੰਦੇ ਦਾ ਲਗਾਤਾਰ ਡੇਲੀ 50 ਸਵਾਲ ਡੇਲੀ ਤੇ ਤੁਹਾਡੇ ਨਾਲ ਸਾਂਝੇ ਕਰਿਆ ਕਰਾਂਗੇ ਸ਼ਾਮ ਨੂੰ 8 ਵਜੇ ਤਾਂ ਲਾਈਵ ਹੋ ਜਾ ਕਰਾਂਗੇ ਆਪਾਂ ਐਤਵਾਰ ਨੂੰ 150 ਨੰਬਰਾਂ ਦਾ ਪੇਪਰ ਆਪਾਂ ਡੇਲੀ ਲੈ ਕੇ ਆਉਣਾਗਾ ਤੇ ਜਿਹੜੇ ਸਾਥੀਆਂ ਨੇ ਦੁਬਾਰਾ ਫੇਰ ਮੈਂ ਬੇਨਤੀ ਕਰਦਾ ਜਿਹੜੇ ਸਾਥੀਆਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੋ ਚਾਹ ਸਾਥੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਬੈਲ ਆਈਕਨ ਤੇ ਵੀ ਟਿਕ ਕਰ ਦਿਓ ਜਦੋਂ ਜਦ ਅਸੀਂ ਕੋਈ ਵੀਡੀਓ ਅਪਲੋਡ ਕਰਦੇ ਆਂ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਜੇ ਤੇ ਲੈ ਵਾਲੇ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚਿਆ ਕਰਨਗੇ ਤੇ ਇੱਕ ਲਾਈਕ ਲਾਈਕ ਵੀ ਜਰੂਰ ਕਰਨਾਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਸ਼ੇਅਰ ਕਰਨ ਦਾ ਬਿਲਕੁਲ ਹੀ ਨਹੀਂ ਭੁੱਲਣਾ ਸ਼ੇਅਰ ਜਰੂਰ ਕਰਿਓ ਸ਼ੇਅਰ ਸ਼ੇਅਰ ਜੋ ਤੁਹਾਡੇ ਮਿੱਤਰ ਦੋਸਤ ਨੇ ਚੰਗੇ ਜਿਹੜੇ ਪੜਦੇ ਨੇ ਠੀਕ ਹੈ ਤੇ ਛੋਟੀ ਵਧੀਆ ਲਿਆ ਜਿਹੜੇ ਸਾਥੀਆਂ ਨਾਲ ਉਹਨਾਂ ਨੂੰ ਜਰੂਰ ਸਾਡੇ ਚੈਨਲ ਬਾਰੇ ਦੱਸੋ ਸੁਖਵੀਰ ਸਿੰਘ ਕੇਐਫ ਸੁਖਵੀਰ ਸਿੰਘ ਸਾਡਾ ਚੈਨਲ ਦਾ ਨਾਮ ਆ ਕੇਐਫ ਸੁਖਵੀਰ ਸਿੰਘ ਕੇਐਫ ਇਹ ਚੈਨਲ ਦਾ ਨਾਮ ਹੈ ਤੇ ਇਸ ਬਾਰੇ ਜਰੂਰ ਦੱਸਿਓ ਕਿਉਂਕਿ ਇਹ ਮੇਰਾ ਨਾਮ ਹੀ ਆ ਜੂ ਜਿਸ ਨੈਟ ਮੇਰਾ ਤਿੰਨ ਵਾਰ ਕਲੀਅਰ ਹੈ ਮੈਂ ਦੁਬਾਰਾ ਦੱਸ ਦਿੰਦਾ ਤਿੰਨ ਟਾਈਮ ਆਪਣਾ ਜੁਜੇਸੀ ਨੈਟ ਕਲੀਅਰ ਆ ਤੇ 1152 ਦੇ ਵਿੱਚ ਆਪਾਂ ਸਕਰੂਟੀ ਕਰਾ ਕੇ ਆਏ ਸੀਗੇ ਉਹ ਰੱਦ ਹੋ ਗਈਆਂ ਤੇ 1152 ਦੇ ਪ੍ਰੋਫੈਸਰ ਦੀਆਂ ਪੋਸਟਾਂ ਆਈਆਂ ਸੀਗੀਆਂ ਮਾਸਟਰ ਗ੍ਰੇਡਰ ਦੇ ਵਿੱਚ ਆਪਣੀ ਸਿਲੈਕਸ਼ਨ ਹੋਈ ਹੋਈ ਆ ਐਸਐਸਟੀ ਦੇ ਵਿੱਚ ਆਪਾਂ ਐਸਐਸਟੀ ਟੀਚਰਾਂ ਤੇ ਹੁਣ ਇਸ ਤੋਂ ਬਾਅਦ ਦੱਸਣ ਜੇ ਲੋੜ ਨਹੀਂ ਪੀਐਸਟੈਟ ਸੀਟੈਟੋ ਦੋਨੇ ਆਪਣੇ ਪਾਸ ਨੇ ਪਹਿਲਾ ਦੂਜਾ ਦੋਨੇ ਪੇਪਰ ਹੀ ਤੇ ਸਾਥਿਓ ਜੇ ਤੁਸੀਂ ਸਾਡੇ ਨਾਲ ਚੰਗੀ ਤਿਆਰੀ ਕਰਨੀ ਚਾਹੁੰਦੇ ਹੋ ਡੀਪਲੀ ਹੋਰ ਵਧੀਆ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਪੰਜਾਬ ਲੈਕਚਰ ਅਕੈਡਰ ਤੋਂ ਬਾਅਦ ਥਿਊਰੀ ਦੀਆਂ ਕਲਾਸਾਂ ਲੈ ਕੇ ਆਵਾਂਗੇ ਥਿਊਰੀ ਵੀ ਕਰਾਵਾਂਗੇ ਜਦੋਂ ਆਪਣੇ ਕੋਲ ਖੁੱਲਾ ਟਾਈਮ ਹੋਇਆ ਹੁਣ ਆਪਾਂ ਐਮਸੀਕਿਊ ਤੇ ਸਿੰਗਲ ਲਾਈਨ ਕੁਐਸਚਨ ਇਸ ਲਈ ਕਰਾ ਰਹੇ ਹਾਂ ਕਿਉਂਕਿ ਟਾਈਮ ਘਟਾ ਆਪਾਂ ਪੰਜਾਬ ਲੈਕਚਰ ਅਕੈਡਰ ਨੂੰ ਧਿਆਨ ਵਿੱਚ ਰੱਖ ਕੇ ਆਪਾਂ 2 ਜਨਵਰੀ ਨੂੰ 2023 ਨੂੰ ਵੀਡੀਓਜ਼ ਪਾਉਣੀਆਂ ਸ਼ੁਰੂ ਕੀਤੀਆਂ ਸੀ ਇੱਕ ਮਹੀਨਾ ਹੋਇਆ ਆਪਾਂ ਨੂੰ ਸਾਰਾ ਇੱਕ ਮਹੀਨਾ ਚਾਰ ਪੰਜ ਦਿਨਾਂ ਤਾਂ ਆਪਾਂ ਉਹਨਾਂ ਵਾਲੇ ਟਾਈਮ ਦੇ ਵਿੱਚ ਲਗਭਗ ਸਾਰਾ ਸਲਿਪਸ ਕਵਰ ਕਰ ਹੀ ਦੇਣਾਗਾ ਸਿੰਗਲ ਲਾਈਨ ਕੁਐਸਚਨ ਅ ਟੈਸਟ ਸੀਰੀਜ਼ ਤੇ ਕੁਝ ਫੈਕਚੁਅਲ ਜਿਹੜੇ ਫੈਕਟ ਤੱਤ ਤੁਹਾਡੇ ਨਾਲ ਸਮਝ ਕਰਦੇ ਹੋਏ ਤਾਂ ਇੰਨੇ ਨਾਲ ਤੁਹਾਡਾ ਆਪ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਾਥਿਓ ਵੀਡੀਓ ਨੂੰ ਐਂਡ ਤੱਕ ਦੇਖਣ ਲਈ